ਵੀਰੇ ਨੇ ਜੋ ਕੀਤਾ ਆਪਾਂ ਕਹਿੰਦੇ ਚੰਗਾ ਕੀਤਾ, ਹੈ ਨਾ। ਤੁਸੀਂ ਮੈਨੂੰ ਐਵੇਂ ਦੱਸੋ ਵੀਰੇ, ਆਪਾਂ ਗੱਲ ਪਹਿਲਾਂ ਵੀ ਕੀਤੀ ਆ, ਤੁਹਾਨੂੰ ਫੋਨ ਕਰਕੇ ਮੈਂ ਕਹਿੰਦਾ ਵੀ ਮੱਕੜ ਸਾਹਿਬ ਜੀ ਤੁਸੀਂ ਇਹਨਾਂ ਤੋਂ 2 ਲੱਖ ਰੁਪਇਆ ਦੇਣਾ ਤੇ ਦਿਓ, ਤੇ ਤੁਸੀਂ ਉਹ ਦੇਣਾ ਨੀ, ਦੇ ਦੋਗੇ ਬਿਨਾਂ ਗੱਲੋਂ, ਤੇ ਉਹਨਾਂ ਨੇ ਕਿੰਨੇ ਪੈਸੇ ਮੜਵਾ ਦਿੱਤੇ? ਜੇ ਦੇਣੇ ਸੀ ਤਾਂ ਪੈਸੇ ਦਿੱਤੇ ਅਗਲੇ ਨੇ, ਬਿਨਾਂ ਪੈਸੇ ਦੇਣੇ ਕਿਵੇਂ ਦੇ ਦੂ ਕੋਈ? 1 ਰੁਪਿਆ ਵੀ ਨੀ ਦਿੰਦਾ ਕੋਈ ਜੀ, ਪਰ ਉਹਨਾਂ ਨੇ 1 ਲੱਖ ਰੁਪਇਆ ਮੜਵਾ ਤਾ। ਪਤਾ ਲੱਗਿਆ ਜਿੱਦਾਂ ਭਾਨਾ ਅੰਦਰ ਹੋਇਆ, ਕਹਿੰਦੇ ਕਈ ਏਜੰਟਾਂ ਦੇ ਗਰੁੱਪਾਂ 'ਚ ਪੂਰੀਆਂ ਤਾੜੀਆਂ ਵੱਜੀਆਂ, ਖੁਸ਼ੀਆਂ ਮਨਾਈਆਂ। ਬਈ ਮੈਨੂੰ ਤਾਂ ਲੱਗਦਾ ਹੈ ਨਾ, ਚਲੋ ਠੀਕ ਆ, ਉਹ ਇੱਕ ਅਲੱਗ ਕਾਨੂੰਨੀ ਕਾਰਵਾਈ ਆ, ਜਿਵੇਂ ਹੋ ਕੇ ਬਾਈ ਬਾਹਰੇ ਆਵੇ, ਜਿਵੇਂ ਵੀ ਜੋ ਵੀ ਆ, ਪਰ ਵੀਰੇ ਨੇ ਜੋ ਕੀਤਾ ਆਪਾਂ ਕਹਿੰਦੇ ਚੰਗਾ ਕੀਤਾ, ਹੈ ਨਾ। ਪਰ ਨੇ ਜੋ ਹੈਗੇ ਆ ਇਹਨਾਂ ਮਸਲਿਆਂ ਦਾ ਹੱਲ ਜ਼ਰੂਰ ਨੇ, ਪਰ ਮੈਨੂੰ ਇੰਨਾ ਕੁ ਇੱਕ ਮੈਂ ਕਹਿੰਦਾ ਬੇਨਤੀ ਹੋਈ ਆ ਹੈ ਨਾ ਇਹਨਾਂ ਨੂੰ, ਵੀ ਸਾਰਾ ਜਦੋਂ ਵੀ ਆਪਾਂ ਕੋਈ ਧਰਨਾ ਲਾਉਣਾ ਤਾਂ ਇੱਕ ਵਾਰ ਜਿਹੜਾ ਮੈਟਰ ਆ ਚੰਗੀ ਤਰ੍ਹਾਂ ਆਪਣੇ ਦਿਮਾਗ 'ਚ ਹੋਵੇ। ਏਜੰਟ ਨੂੰ ਵੀ ਮਤਲਬ ਪਹਿਲਾਂ ਠੱਗ ਨਾ ਸਮਝੋ, ਪਹਿਲਾਂ ਉਹਦੀ ਸੁਣ ਲਓ, ਇਹ ਕਹਿ ਲਓ ਹਾਂ ਵੀ ਕੀ ਗੱਲ ਆ, ਜਦੋਂ ਲੱਗੇ ਗਲਤ ਆ ਫਿਰ ਜੋ ਮਰਜ਼ੀ ਕਰ, ਜੋ ਮਰਜ਼ੀ ਕਰ। ਲੋਕ ਕਿਵੇਂ ਠੱਗ, ਏਜੰਟ, ਲੁੱਟ ਇਹ ਕਿਉਂ ਕਹਿਣ ਲੱਗੇ? ਮੈਨੂੰ ਲੱਗਦਾ ਵੀਰੇ ਇਹ ਟੈਗ ਹੀ ਲੱਗ ਗਿਆ ਏਜੰਟਾਂ ਦੇ, ਹੈ ਨਾ। ਭਾਨਾ ਸਿੱਧੂ ਅੰਦਰ ਗਿਆ ਤਾਂ ਉਸ ਤੋਂ ਪਹਿਲਾਂ ਪੰਜਾਬ 'ਚ ਪੰਜਾਬ ਦੇ ਏਜੰਟਾਂ ਬਾਰੇ ਇੱਕ ਨੈਗੇਟਿਵ ਪਰਸੈਪਸ਼ਨ ਬਣੀ ਵੀ ਇਹ ਠੱਗ ਹੁੰਦੇ ਹੈ, ਏਜੰਟ ਲੁੱਟਦੇ ਹੈ ਔਰ ਲੋਕਾਂ ਨੂੰ ਬਾਹਰ ਭੇਜ ਕੇ ਪੰਜਾਬ ਦਾ ਉਜਾੜਾ ਕਰ ਰਹੇ ਹੈ। ਇਹਦਾ ਦੂਜਾ ਪੱਖ ਵੀ ਹੈ ਕਿ ਬਹੁਤ ਸਾਰੇ ਲੋਕ ਮਿਹਨਤ ਕਰਕੇ ਇਸ ਬਿਜ਼ਨਸ ਦੇ ਵਿੱਚ ਆਏ, ਹੱਥੀਂ ਕਿਰਤ ਕੀਤੀ, ਪੈਸਾ ਜੋੜਿਆ, ਫਿਰ ਇਹ ਬਿਜ਼ਨਸ ਕੀਤਾ। ਸਾਨੂੰ ਕਾਰਾਂ ਕੋਠੀਆਂ ਇਸ ਵਪਾਰ 'ਚ ਇਨਵੋਲਵਡ ਪੈਸਾ ਨਜ਼ਰ ਆਉਂਦਾ, ਪਰ ਇਹਦੇ ਪਿੱਛੇ ਇੱਕ ਵਪਾਰਕ ਸੋਚ ਅਤੇ ਮਿਹਨਤ ਵੀ ਹੁੰਦੀ ਹੈ। ਸਾਰੇ ਬੰਦੇ ਭਾਨੇ ਤੋਂ ਡਰਦੇ ਨਹੀਂ ਹੁੰਦੇ, ਉਹਨਾਂ 'ਚੋਂ ਇੱਕ ਸਟਾਰ ਇਮੀਗ੍ਰੇਸ਼ਨ ਤੋਂ ਸੋਨੀ ਵੀਰ ਸਾਡੇ ਨਾਲ ਨੇ, ਅੱਜ ਇਸ ਪੋਡਕਾਸਟ 'ਚ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਅ ਜੀ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਧੰਨਵਾਦ। ਤੁਸੀਂ ਭਾਨੇ ਤੋਂ ਡਰਦੇ ਨਹੀਂ? ਕੀ ਗੱਲ ਜੀ, ਨਹੀਂ ਭਾਅ ਜੀ ਐਵੇਂ ਨਹੀਂ ਵੀ ਡਰਦੇ ਨਹੀਂ ਗੇ, ਜੇ ਮਾੜਾ ਕੰਮ ਅਸੀਂ ਕਰਾਂਗੇ ਤਾਂ ਡਰਨਾ ਪਊ ਓਬਵੀਅਸਲੀ, ਹੈ ਨਾ। ਤਾਂ ਮੈਨੂੰ ਲੱਗਦਾ ਜਿੰਨਾ ਟਾਈਮ ਆਪਾਂ ਗਲਤ ਨਹੀਂ ਕਰਦੇ ਤਾਂ ਭਾਨਾ ਵੀਰ ਤਾਂ ਚਲੋ ਫਿਰ ਵੀ ਠੀਕ ਆ, ਆਪਾਂ ਕਿਸੇ ਤੋਂ ਵੀ ਨਹੀਂ ਡਰਾਂਗੇ ਜਦੋਂ ਆਪਾਂ ਗਲਤ ਕੀਤਾ ਹੀ ਨਹੀਂ। ਪੁਲਿਸ ਤੋਂ, ਕੋਰਟ ਤੋਂ ਕਿਸੇ ਤੋਂ ਨਹੀਂ ਡਰਦੇ? ਜੇ ਗਲਤ ਨਹੀਂ ਕਰਾਂਗੇ ਤਾਂ ਨਹੀਂ ਡਰਾਂਗੇ, ਜੇ ਗਲਤ ਕਰਾਂਗੇ ਤਾਂ ਮੈਨੂੰ ਲੱਗਦਾ ਮੈਨੂੰ ਆਪਦੇ ਗੁਆਂਢੀ ਦਾ ਵੀ ਡਰ ਹੋਊਗਾ ਯਾਰ, ਵੀ ਮੈਂ ਗਲਤ ਕੀਤਾ ਤਾਂ ਮੈਨੂੰ ਉਹਦਾ ਵੀ ਡਰ ਰਹੂਗਾ ਵੀ ਇਹ ਕਿਤੇ ਮੈਨੂੰ ਕਹਿ ਨਾ ਦੇਵੇ। ਤੁਹਾਨੂੰ ਆਪਦੇ ਆਪ 'ਤੇ ਭਰੋਸਾ ਵੀ ਗਲਤ ਨਹੀਂ ਕੀਤਾ ਕਦੇ ਕੁਛ? ਮੈਨੂੰ ਲੱਗਦਾ ਵੀਰੇ ਮੈਨੂੰ ਭਰੋਸਾ ਆਪਦੇ 'ਤੇ ਪੂਰਾ ਹੀ ਵੀ ਮੈਂ ਨਹੀਂ ਕੀਤਾ ਕਿਸੇ ਦਾ ਵੀ ਕੋਈ। ਤੇ ਫਿਰ ਲੋਕ ਕਿਵੇਂ ਠੱਗ, ਏਜੰਟ, ਲੁੱਟ ਇਹ ਕਿਉਂ ਕਹਿਣ ਲੱਗੇ? ਮੈਨੂੰ ਲੱਗਦਾ ਵੀਰੇ ਇਹ ਟੈਗ ਹੀ ਲੱਗ ਗਿਆ ਏਜੰਟਾਂ ਦੇ, ਹੈ ਨਾ, ਵੀ ਇਹ ਸਾਰੇ ਉਵੇਂ ਹੁੰਦੇ ਆ। ਪਰ ਮੈਨੂੰ ਲੱਗਦਾ ਹਰ ਇਕੱਲਾ ਇਮੀਗ੍ਰੇਸ਼ਨ ਨਾ ਦੇਖੋ, ਕੋਈ ਮਰਜ਼ੀ ਖੇਤਰ 'ਚ ਆ ਜਾਓ ਆਪਾਂ ਗੱਲ ਕਰੀਏ, ਸਾਰਿਆਂ 'ਚ ਚੰਗੇ ਵੀ ਹੁੰਦੇ ਆ ਤੇ ਮਾੜੇ ਵੀ ਹੁੰਦੇ ਆ। ਮੈਂ ਪੱਤਰਕਾਰਾਂ ਨੂੰ ਨਹੀਂ ਨਹੀਂ ਕਹੋ, ਖੁੱਲ ਕੇ ਕਹੋ ਵੀ ਪੱਤਰਕਾਰ ਵੀ ਬਲੈਕਮੇਲਰ, ਠੱਗ ਹੁੰਦੇ ਆ, ਨਹੀਂ ਚੰਗੇ ਵੀ ਹੁੰਦੇ ਆ, ਖੁੱਲ ਕੇ ਕਹੋ। ਤੁਸੀਂ ਦੇਖੋ ਇਹ ਲਾਈਨ 'ਚੋਂ ਮੈਂ ਤੁਹਾਡੇ ਤੋਂ ਪੁੱਛਾਂ ਤਾਂ ਭਾਜੀ ਕਿਵੇਂ ਸਾਰੇ ਪੱਤਰਕਾਰ ਤੁਹਾਨੂੰ ਲੱਗ ਸਾਰੇ ਚੰਗੇ ਆ, ਕੋਈ ਮਾੜਾ ਨਹੀਂ ਇੱਕ ਵੀ? ਨਹੀਂ ਚੰਗੇ ਘੱਟ ਹੈ, ਮਾੜੇ ਜ਼ਿਆਦਾ। ਮੈਂ ਤਾਂ ਕਹਿੰਦਾ, ਮੈਂ ਤਾਂ ਕਬੂਲਦਾ ਵੀ ਹਰੇ ਤੇ ਠੀਕ ਹੈ ਤੁਹਾਡੀ ਗੱਲ, ਹਰੇਕ ਇੱਕ ਫੀਲਡ ਆ ਉਹਦੇ ਵਿੱਚ ਚੰਗੇ ਮਾੜੇ ਨੇ, ਕਹਿੰਦੇ ਹੁੰਦੇ ਆ ਰੰਗ ਬਿਰੰਗੇ ਫੁੱਲਾਂ ਨਾਲ ਹੀ ਗੁਲਦਸਤਾ। ਪੱਤਰਕਾਰਾਂ ਨੂੰ ਵੀ ਫੁੱਲ ਪੂਰੇ ਪੈਂਦੇ, ਤੁਹਾਨੂੰ ਕੀ ਲੱਗਦਾ ਵੀ ਬਹੁਤ ਪਿਆਰ ਉੱਥੇ ਮਿਲੀ ਜਾਂਦਾ? ਗਾਲ ਉਨੀ ਪੈਂਦੀ ਹੈ ਜਿੰਨੀ ਏਜੰਟਾਂ ਨੂੰ ਪਈ ਜਾਂਦੀ ਹੈ। ਬਸ ਉਹੀ ਆ ਬਾਈ, ਆਪਾਂ ਕਹਿੰਦੇ ਹਾਂ ਵੀ ਹਰੇਕ ਫੀਲਡ 'ਚ ਬੰਦੇ ਹੁੰਦੀ ਆ, ਤਾਂ ਠੀਕ ਆ ਬਾਈ ਨੇ ਬਹੁਤ ਜ਼ਿਆਦਾ ਵਧੀਆ ਚੰਗਾ ਕੰਮ ਕੀਤਾ ਜੋ ਉਹਨਾਂ ਨੇ ਕੀਤਾ, ਹੈ ਨਾ। ਵੀ ਮੈਂ ਕਹਿੰਦਾ ਬਾਈ ਮੇਰੇ ਲਵੇ ਆਉਂਦੇ ਆ ਗਏ ਲੋਕ, ਜਦੋਂ ਉਹਨਾਂ ਦੀ ਪੇਮੈਂਟ ਆਪਾਂ ਕਾਲਜ ਨੂੰ ਕਰਵਾਉਂਦੇ ਹਾਂ ਨਾ, ਦੇਖਣ ਵਾਲਾ ਹੁੰਦਾ ਕਈਆਂ ਦੇ ਨਾ ਬਾਈ ਗੀਜਿਆਂ 'ਚੋਂ ਤੂੜੀ ਨਿਕਲਦੀ ਹੁੰਦੀ ਆ,
ਤਰਸਾਉਂਦਾ ਫਿਰ ਉਦੋਂ ਯਾਰ ਕਿਉਂ ਨਹੀਂ ਹੋਊਗਾ। ਹੁਣ ਉਹ ਬੰਦਿਆਂ ਦਾ ਕੰਮ ਹੋ ਗਿਆ, ਉਹ 'ਚ ਇੱਕ ਚੰਗੀ ਗੱਲ ਆ, ਉਹੀ ਪੈਸਾ ਜੇ ਉਹਨਾਂ ਦਾ ਐਂ ਗਿਆ, ਦੱਸੋ ਬਾਈ ਉਹ ਕੀ ਚੰਗੀ ਗੱਲ ਆ ਜੀ, ਵਪਾਰੀ ਜਿਹੜਾ ਹੁੰਦਾ ਨਾ ਉਹ ਸ਼ਰੂਡ ਹੁੰਦਾ, ਵਪਾਰ ਚ ਪੈਸੇ ਸਾਹਮਣੇ ਉਹਨੂੰ ਕੁਛ ਨੀ ਦਿਸਦਾ ਹੁੰਦਾ। ਤੁਹਾਡੇ ਨਾਲ ਐਂ ਕਦੇ ਹੋਇਆ ਵੀ ਤੁਹਾਨੂੰ ਵਧੀਆ ਪੈਸੇ ਬਚ ਰਹੇ ਹੁਣ ਤੇ ਮੂਹਰਲਾ ਬੰਦਾ ਦੇਖਿਆ ਵੀ ਯਾਰ ਇਹ ਤਾਂ ਬਾਹਲਾ ਵਿਚਾਰਾ ਗਰੀਬ ਹੈ ਜਾਂ ਮਹੱਤੜ ਹੈ, ਚੱਲ ਯਾਰ ਰਿਆਇਤ ਕਰ ਦਿੰਦੇ ਆ। ਮੈਂ ਬਾਈ ਇੱਕ ਗੱਲ ਦੱਸਾਂ, ਕਹਿੰਦੇ ਹੁੰਦੇ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ। ਸਾਡੇ ਸੈਂਟਰ ਚ ਇੱਕ ਆਪਣੀ ਮਾਨਸਾ ਬ੍ਰਾਂਚ ਹੈ, ਇੱਕ ਭੀਖੀ ਆ, ਤੁਸੀਂ ਜਾ ਕੇ ਦੇਖ ਲਿਓ ਕਦੇ। ਜੇ ਸਾਡੇ 50 ਸਟੂਡੈਂਟ ਆ ਤਾਂ 10 ਤੋਂ 15 ਸਟੂਡੈਂਟ ਉਹ ਹੋਣਗੇ ਜਿਨ੍ਹਾਂ ਤੋਂ ਅਸੀਂ 1 ਰੁਪਿਆ ਫੀਸ ਵੀ ਨਹੀਂ ਚਾਰਜ ਕਰਦੇ, ਤੇ 10 ਤੋਂ 12 ਕੁੜੀਆਂ ਹੋਣਗੀਆਂ ਉਹਨਾਂ 'ਚ ਨਹੀਂ ਲੈਂਦੇ ਬਈ, ਬਹੁਤ ਕਹਿ ਦਿੰਦੇ ਆ। ਪਤਾ ਕੀ ਆ, ਅਸੀਂ ਕਹਿ ਦਈਏ ਪਿੰਡਾਂ ਦੇ ਨਹੀਂ, ਇਹ ਮਸ਼ਹੂਰੀ ਦਾ ਗੇਮੇ ਕਹਿ ਕੇ ਸੱਚੀ ਐ ਹੁੰਦਾ ਬਈ। ਤੁਸੀਂ ਪਤਾ ਕੀ ਆ, ਉਹਦੇ ਬਾਕੀ ਕਿਸੇ ਗਰੀਬ ਦੀ ਕੁੜੀ ਫ੍ਰੀ ਭੇਜੀ, ਮੈਨੂੰ ਰਿਲਾਈਜ਼ ਕਰਾ ਦਿਓ ਵੀ ਠੀਕ ਆ, ਵੀ ਬਾਕੀ ਉਹ ਪੇ ਕਰਨ ਦੇ ਯੋਗ ਨਹੀਂ। ਠੀਕ ਆ, ਮੈਂ ਐਲਸ ਬੰਦ ਕੀਤੀ ਹੋਈ ਆ ਵੈਸੇ, ਹੁਣ 2 ਮਹੀਨਿਆਂ ਤੋਂ ਪੀਟੀ ਕਰਾ ਰਹੇ ਹਾਂ। ਜੇ ਉਹ ਕੁੜੀ ਕੋਲ ਮੈਂ ਐਲਸ ਕਰਨੀ ਆ, ਮੈਨੂੰ ਚਾਹੇ ਜਮਾਂ ਸਪੈਸ਼ਲ ਟਿਊਟਰ ਹਾਇਰ ਕਰਕੇ ਦੇਣਾ ਪੈ ਜੇ, ਮੈਨੂੰ ਕੋਈ ਪ੍ਰੋਬਲਮ ਨਹੀਂ। ਯਾਰ ਉਹ ਕੁੜੀ ਨੇ ਬੈਂਡ ਲੈ ਲਏ, ਉਹਦਾ ਚੰਗੇ ਘਰ ਰਿਸ਼ਤਾ ਹੋ ਜਾਊਗਾ, ਤੇ ਬਈ ਉਹ ਸਾਰੀ ਉਮਰ ਗੁਣ ਗਾਊਗੀ ਆਪਣੇ। ਇਹ ਭਾਵਨਾ ਫਿਰ ਕਿੱਥੋਂ ਆਈ ਹੈ ਤੁਹਾਡੇ? ਯਾਰ ਸਾਡੇ 'ਚ ਕਿੱਥੋਂ ਆਉਣੀ ਆ ਬਈ, ਪੰਜਾਬੀ ਹਾਂ ਆਪਾਂ, ਹਰ ਕਿਸੇ 'ਚ ਹੀ ਆ। ਸਾਰੇ ਪੰਜਾਬੀ ਤਾਂ ਫਿਰ ਉਹੀ ਗੱਲ ਆ ਗਈ, ਲੁੱਟਣ ਵਾਲੇ ਵੀ ਤਾਂ ਪੰਜਾਬੀ ਨੇ ਜਿਹੜੇ ਇੱਥੇ, ਜਿਹੜੇ ਪੈਸਾ ਨਹੀਂ ਮੋੜਦੇ ਪਏ, ਜਿਹਨੂੰ ਭਾਨਾ ਫੋਨ ਕਰਦਾ ਉਹ ਵੀ ਪੰਜਾਬੀ ਨੇ। ਸਹੀ ਗੱਲ ਹੈ ਵੀ ਤੁਹਾਡੀ, ਪਰ ਮੈਂ ਕਹਾਂ ਜ਼ਿਆਦਾਤਰ ਪੰਜਾਬੀਆਂ 'ਚ ਬਈ ਨਹੀਂ ਹੈਗੀ ਇਹ ਚੀਜ਼। ਤੁਹਾਨੂੰ ਆਪਦੇ ਤੇ ਕਦੇ ਆਪਦੇ ਆਪ ਨਾਲ ਰਿਲੇਟ ਕਰਦੇ? ਬਹੁਤ ਜ਼ਿਆਦਾ ਕਹਿ ਦਈਏ ਗਰੀਬੀ ਦੇਖੀ ਹੋਈ ਆ, ਹਨਾ, ਤਾਂ ਲੱਗਦਾ ਵੀ ਯਾਰ ਆਪਾਂ ਵੀ ਇੱਥੋਂ ਹੀ ਗਏ ਆ। ਜੇ ਅੱਜ ਪਰਮਾਤਮਾ ਨੇ ਸੁਣੀ ਆ, ਵਧੀਆ ਕੰਮ ਚੱਲ ਰਹੇ ਆ, ਪਰ ਕਿਸੇ ਦਿਨ ਤਾਂ ਉੱਥੇ ਸੀਗੇ ਆਪਾਂ ਵੀ, ਤਾਂ ਇਹ ਚੀਜ਼ ਕਰਦੀ ਆ ਇੰਪੈਕਟ, ਇਹਦੇ 'ਚ ਕੋਈ ਦੋ ਰਾਇਆ ਨਹੀਂ ਹੈਗਾ। ਇਮੋਸ਼ਨਸ ਵਪਾਰ 'ਚ ਜੁੜ ਜਾਂਦੇ, ਜਿਵੇਂ ਕੋਈ ਗਿਆ ਉੱਥੇ ਵੀਜ਼ਾ ਆਇਆ, ਫਿਰ ਉਹ ਆ ਕੇ ਬਹੁਤ ਖੁਸ਼ੀ ਨਾਲ ਆ ਕੇ ਜਾਂ ਇਮੋਸ਼ਨਲ ਹੋ ਕੇ ਦੱਸਦੇ, ਰੋਣ ਲੱਗ ਜਾਂਦੇ ਲੋਕ? ਮੈਂ ਸਮਝਿਆ ਨਹੀਂ, ਕੈਨੇਡਾ ਚਲਾ ਗਿਆ ਜਦੋਂ ਜੇ ਕਿਸੇ ਦਾ ਵੀਜ਼ਾ ਆਇਆ। ਮੈਂ ਕਹਿ ਰਿਹਾ ਵੀ ਇਹਦੇ 'ਚ ਵਪਾਰ 'ਚ ਇਮੋਸ਼ਨ ਜੁੜੇ ਆ, ਵੀ ਜਿਵੇਂ ਇੱਕ ਤਾਂ ਤੁਹਾਡਾ ਪੱਖ ਹੈ, ਮੈਂ ਆਪਾਂ ਪਿਛਲੀ ਇੰਟਰਵਿਊ 'ਚ ਗੱਲ ਕੀਤੀ ਸੀ, ਇਮੋਸ਼ਨ ਜੁੜੇ ਆ ਯਾਰ, ਇਮੋਸ਼ਨ ਵਿਕਦੇ ਆ ਇਹ ਵਾਲੇ ਬਿਜ਼ਨਸ ਦੇ ਵਿੱਚ। ਉਹ ਇੱਕ ਕਹਿ ਦਈ ਉਹਨਾਂ ਦੇ ਅੱਥਰੂ ਵੀ ਵਿਕ ਜਾਂਦੇ ਆ ਕਈ ਵਾਰ, ਤਾਂ ਉਹ ਜਦੋਂ ਰੀਲ ਪੈ ਜਾਂਦੀ ਆ ਚੱਲਦੀ ਆ, ਉੱਥੋਂ ਫਾਈਲਾਂ ਆਉਂਦੀਆਂ, ਤਾਂ ਮੈਂ ਕਹੂੰਗਾ ਵੀ ਉਹ ਵਿਕ ਗਈ। ਬਾਕੀ ਹਰੇਕ ਕਿਸੇ ਦੀ ਆਪਦੀ ਆਪਦੀ ਸੋਚ ਆ ਉਹ ਚੀਜ਼ ਨੂੰ ਲੈ ਕੇ, ਤਾਂ ਮਤਲਬ ਮੈਨੂੰ ਲੱਗਦੀ ਹੈ ਇਹ ਚੀਜ਼ 'ਤੇ। ਤੁਸੀਂ ਪਿਛਲੀ ਵਾਰੀ ਗੱਲ ਕਹੀ ਸੀ ਕਿ ਗੋਡ ਤੇ ਫਰੌਡ ਹੀ 100% ਗਰੰਟੀ ਦਿੰਦੇ ਹੋ, ਮੈਨੂੰ ਗੱਲ ਬਹੁਤ ਜੱਚੀ ਤੁਹਾਡੀ। ਉਹ ਗੱਲ ਸਹੀ ਹੈ ਵੀਰੇ, ਮੰਨ ਕੇ ਚੱਲੋ, ਹੁਣ ਤੁਸੀਂ ਭਾਜੀ ਮੇਰੇ ਕੋਲ ਆਪਦੀ ਫਾਈਲ ਲੈ ਕੇ ਆ ਗਏ, ਸੋਨੀ ਦੱਸ ਇਹਦਾ ਵੀਜ਼ਾ ਆਊ ਕਿ ਨਾ? ਯਾਰ ਮੈਂ ਕਿਵੇਂ ਦੱਸਦਾ ਮੈਂ ਵੀਜ਼ਾ ਦੇਣਾ? ਉਹ ਤਾਂ ਵੀਜ਼ਾ ਆਫਿਸਰ ਨੇ ਦੇਣਾ ਨਾ। ਮੈਂ ਤਾਂ ਜਸਟ ਇੱਕ ਤੁਹਾਡੀ ਫਾਈਲ ਆ ਜਿਹੜੀ, ਉਹ ਬੜੇ ਚੰਗੇ ਤਰੀਕੇ ਨਾਲ ਉਹਨੂੰ ਬਣਾ ਕੇ ਅੰਬੈਸੀ ਭੇਜ ਸਕਦਾ, ਉਹ ਮੇਰਾ ਫਰਜ਼ ਵੀ ਆ, ਮੈਨੂੰ ਕਰਨਾ ਵੀ ਚਾਹੀਦਾ, ਤੇ ਉਸ ਤੋਂ ਬਾਅਦ ਉਹਦੇ ਵੀਜ਼ੇ ਦਾ ਜਾਂ ਤਾਂ ਪਰਮਾਤਮਾ ਨੂੰ ਪਤਾ, ਜਾਂ ਫਿਰ ਮੈਂ ਫਰੋਡ ਹੋਊਂ, ਮੈਂ ਕਹਿੰਦਾ ਜੀ ਪੱਕਾ ਹੀ ਵੀਜ਼ਾ ਲੈ ਜਿਓ ਤੁਸੀਂ, ਤੇ ਇੰਨੇ ਪੈਸੇ ਮੇਰੇ ਲਵੇ ਹੁਣੀ ਰੱਖ ਜਿਓ ਤੁਸੀਂ, ਉਹ ਫਿਰ ਫਰੋਡ ਦਾ ਕੰਮ ਆ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਬਈ ਆਪਾਂ ਦੋਨੇ ਹੈਣੀਗੇ, ਤੇ ਰੱਬ ਕਦੇ ਉਵੇਂ ਨਾ ਬਣਾਵੇ। ਆ ਜਦੋਂ ਹੁਣ ਰੌਲਾ ਪਿਆ ਏਜੰਟਾਂ ਵਾਲਾ ਬਹੁਤ, ਤੁਹਾਡੇ ਗਰੁੱਪਾਂ ਚਰਚਾ ਤਾਂ ਹੁੰਦੀ ਹੋਣੀ ਏਜੰਟਾਂ? ਮੈਂ ਕਿਸੇ ਵੀ ਗਰੁੱਪ 'ਚ ਹੈ ਨਹੀਂ। ਹੈ ਨਹੀਂ ਕੀ ਗੱਲ, ਮਤਲਬ ਐਸੋਸੀਏਸ਼ਨਾਂ 'ਚ ਤੇ ਏਜੰਟਾਂ ਦੇ ਗਰੁੱਪ ਬਣੇ ਆ? ਐਕਚੁਅਲ ਨਾ ਅਸੀਂ ਦੋ ਪਾਰਟਨਰ ਆ, ਰਜਿੰਦਰ ਮਾਨਟੀ ਟੂ ਮਾਨਸਾ ਤੋਂ ਨੇ ਵੀਰੇ, ਹੋਰੀ ਉਹ ਜਿਹੜਾ ਸਾਡਾ ਇਮੀਗ੍ਰੇਸ਼ਨ ਦਾ ਕੰਮ ਆ ਉਹਨਾਂ ਦੇ ਨਾਮ ਤੇ ਰਜਿਸਟਰਡ ਆ ਸਾਰਾ। ਅੱਛਾ, ਤੇ
ਉਹ ਗਰੁੱਪਾਂ ਚ ਨੇ, ਉਹ ਦੱਸਦੇ ਹੁੰਦੇ ਆ ਸੋਨੀ ਅੱਜ ਆਏ, ਅੱਜ ਆਹ ਗੱਲ ਹੋ ਗਈ, ਆਹ ਗੱਲ ਹੋ ਗਈ, ਤੇ ਮੈਂ ਕਹਿੰਦਾ ਵੀਰੇ ਨੂੰ ਇਹ ਵੀ ਨਹੀਂ ਕਿਹਾ ਮੈਨੂੰ, ਜਾਂ ਵੀਡੀਓ ਪੈਂਦੀਆਂ ਹੁਣ ਸਾਰਾ ਕੁਛ ਆ, ਮੈਂ ਕਹਿੰਦੇ ਮੈਨੂੰ ਇਹ ਵੀ ਪਤਾ ਲੱਗਿਆ ਜਿੱਦਾਂ ਭਾਨਾ ਅੰਦਰ ਹੋਇਆ, ਕਹਿੰਦੇ ਕਈ ਏਜੰਟਾਂ ਦੇ ਗਰੁੱਪਾਂ ਚ ਪੂਰੀਆਂ ਤਾੜੀਆਂ ਵੱਜੀਆਂ, ਖੁਸ਼ੀਆਂ ਮਨਾਈਆਂ ਬਈ। ਮੈਨੂੰ ਤਾਂ ਲੱਗਦਾ ਹਨਾ, ਚਲੋ ਠੀਕ ਆ, ਉਹ ਇੱਕ ਅਲੱਗ ਕਾਨੂੰਨੀ ਕਾਰਵਾਈ ਆ, ਜਿਵੇਂ ਹੋ ਕੇ ਬਾਈ ਬਾਹਰੇ ਆਵੇ, ਜਿਵੇਂ ਵੀ ਜੋ ਵੀ ਆ, ਪਰ ਵੀਰੇ ਨੇ ਜੋ ਕੀਤਾ ਆਪਾਂ ਕਹਿੰਦੇ ਚੰਗਾ ਕੀਤਾ ਹਨਾ। ਤੁਸੀਂ ਮੈਨੂੰ ਐਵੇਂ ਦੱਸੋ ਵੀਰੇ, ਆਪਾਂ ਗੱਲ ਪਹਿਲਾਂ ਵੀ ਕੀਤੀ ਆ, ਤੁਹਾਨੂੰ ਫੋਨ ਕਰਕੇ ਮੈਂ ਕਹਿੰਦਾ ਵੀ ਮੱਕੜ ਸਾਹਿਬ ਜੀ ਤੁਸੀਂ ਇਹਨਾਂ ਤੋਂ 2 ਲੱਖ ਰੁਪਇਆ ਦੇਣਾ ਤੇ ਦਿਓ, ਤੇ ਤੁਸੀਂ ਉਹ ਦੇਣਾ ਨੀ, ਦੇ ਦੋਗੇ ਬਿਨਾਂ ਗੱਲੋਂ? ਤੇ ਉਹਨਾਂ ਨੇ ਕਿੰਨੇ ਪੈਸੇ ਮੜਵਾਤੇ? ਤਾਂ ਮਤਲਬ ਦੇਣੇ ਸੀ, ਜੇ ਦੇਣੇ ਸੀ ਤਾਂ ਪੈਸੇ ਦਿੱਤੇ ਅਗਲੇ ਨੇ, ਬਿਨਾਂ ਪੈਸੇ ਦੇਣੇ ਕਿਵੇਂ ਦੇ ਦੂ ਕੋਈ? 1 ਰੁਪਇਆ ਵੀ ਨੀ ਦਿੰਦਾ ਕੋਈ ਜੀ, ਪਰ ਉਹਨਾਂ ਨੇ 1 ਲੱਖ ਰੁਪਇਆ ਮੜਵਾਤਾ। ਇਟ ਮੀਨ ਜੋ ਉਹਨਾਂ ਦਾ ਫਸਿਆ ਹੋਇਆ ਸੀਗਾ। ਲੋਕਾਂ ਨੂੰ ਅਵੇਅਰ ਕਰੋ ਅੱਜ ਇਸ ਪੋਡਕਾਸਟ ਤੋਂ, ਠੱਗੀ ਹੁੰਦੀ ਕਿਵੇਂ, ਲੋਕ ਠੱਗੀ ਦਾ ਸ਼ਿਕਾਰ ਕਿਵੇਂ ਹੋ ਜਾਂਦੇ? ਦੇਖੋ ਜੀ, ਗੱਲਾਂ ਦੋ ਆ। ਮੈਨੂੰ ਲੱਗਦਾ ਠੱਗੀ ਦਾ ਜਦੋਂ ਸ਼ਿਕਾਰ ਹੁੰਦਾ ਬੰਦਾ, ਆਪਾਂ ਨੂੰ ਪਤਾ ਹੁੰਦਾ। ਮੈਂ ਤੁਹਾਨੂੰ ਆਪਦੀ ਗੱਲ ਦੱਸਦਾ, 2018 ਦੀ ਗੱਲ ਆ, ਮੇਰੇ 2 ਚੋਂ 5.5 ਬੈਂਡ ਦੇ 2 ਚੋਂ 6 ਆਏ ਸੀ ਉਦੋਂ 2018 ਚ। ਮੈਂ ਚਲੋ ਕੁਛ ਨਾਮੀ ਕੰਪਨੀਆਂ ਸੀ ਗਿਆ, ਉਹਨਾਂ ਨੇ ਕਹਿੰਦੇ ਜੀ ਤੇਰਾ ਵੀਜ਼ਾ ਨਹੀਂ ਲੱਗ ਸਕਦਾ। ਪਰ ਮੇਰੇ ਜਿਹੜੇ ਕੰਨ ਸੀ ਨਾ, ਉਹ ਕੀ ਤਰਸਦੇ ਸੀ ਸੁਣਨ ਨੂੰ ਵੀ ਕੋਈ ਐਵੇਂ ਕਹੇ ਤੇਰਾ ਵੀਜ਼ਾ ਲੱਗ ਜੂ ਤੇ ਮੈਂ ਫੈਲ ਪਾਵਾਂ, ਵੀ ਮੈਂ ਜਗਾੜ ਕਰਾ ਦੂੰਗਾ, ਆ ਜਾ ਆਪਣੀ ਉੱਥੇ ਏਜੰਸੀ ਸੈਟਿੰਗ ਹੈ ਐਮਬੈਸੀ ਚ। ਹਾਂ, ਮੇਰੇ ਕੰਨ ਤਰਸਦੇ ਸੀ, ਪਰ 2 ਲੱਖ ਵੱਧ ਲੈ ਲਾਂਗੇ ਤੇਰੇ। ਹਾਂ, ਵੱਧ ਲੈ ਲਾਂਗੇ। ਤੇ ਚਲੋ ਜਦੋਂ ਮੈਨੂੰ 1-2 ਐਵੇਂ ਦੇ ਮਿਲਣੇ ਸਟਾਰਟ ਹੋਏ, ਮੈਨੂੰ ਇੱਕ ਕਹਿੰਦੇ ਹੁੰਦੇ ਬਾਈ ਮਾਰਕੀਟ ਚ ਸਾਰੇ ਤਰ੍ਹਾਂ ਦੇ ਬੰਦੇ ਬੈਠੇ ਆ, ਤਾਂ ਮੈਨੂੰ ਲੱਗਿਆ ਵੀ ਮੇਰਾ ਵੀਜ਼ਾ ਆ ਸਕਦਾ। ਯਾਰ ਉਹ ਤਾਂ ਉਹੀ ਮਰੀ ਜਾਂਦੇ ਆ, ਫਿਰ ਉਹ ਆਪਾਂ ਨੂੰ ਐਂ ਲੱਗਦੇ ਜਿਹੜੇ ਸਹੀ ਹੁੰਦੇ ਆ, ਜਿਹਨੇ ਕਹਿਤਾ ਹੁੰਦਾ ਵੀ ਵੀਜ਼ਾ ਆਉਂਦਾ ਨੀ, ਐਂ ਲੱਗਦਾ ਯਾਰ ਉਹਨੂੰ ਤਾਂ ਕੰਮ ਹੀ ਨਹੀਂ ਕਰਨਾ। ਇਹ ਬਹੁਤ ਵੱਡੀ ਗੱਲ ਤੁਸੀਂ ਕਹੀ ਕਿ ਇਹ ਮਨੁੱਖ ਦੇ ਸੁਭਾਅ ਦੀ ਗੱਲ ਹੈ ਕਿ ਮੈਂ ਨਾ ਸੁਣਨਾ ਹੀ ਨਹੀਂ ਚਾਹੁੰਦਾ ਸੀਗਾ, ਔਰ ਸੱਚ ਇਹ ਸੀ ਵੀ ਮੇਰਾ ਵੀਜ਼ਾ ਨਹੀਂ ਲੱਗਣਾ। ਨਹੀਂ ਤੇ ਲੱਗਿਆ ਨੀ, ਲੱਗਿਆ ਵੀ ਨਹੀਂ। ਹਾਂਜੀ, ਲੱਗਿਆ ਨੀ। ਹੁਣ ਮੈਂ ਚਲੋ ਫਿਰ ਵੀ ਪੋਡਕਾਸਟ 'ਚ ਬੈਠਾ, ਮਤਲਬ ਇੱਕ ਬਹੁਤ ਜ਼ਿਆਦਾ ਓਲੇ ਜਿਹੀ ਵਾਲੀ ਗੱਲ ਆ ਮੈਂ ਮੂਹਰੇ ਦੱਸ ਰਿਹਾ। ਮੈਂ ਉਹਦਾ ਜਿਹੜਾ ਜਾ ਕੇ ਆਇਆ ਸਟੱਡੀ ਵੀਜ਼ਾ ਲੈ ਕੇ ਜਾ ਕੇ ਆਇਆ ਬਈ, ਕੈਨੇਡਾ ਸਟੱਡੀ ਵੀਜ਼ਾ ਤੇ ਗਿਆ ਸੀ। ਹੁਣ ਮੈਂ ਜਿਹੜਾ 25-26 ਦੇਣ ਗਿਆ, ਮੈਨੂੰ ਯਾਰ ਲੋਕ ਕਹਿੰਦੇ ਆ ਬਿਸਟਰ ਵੀਜ਼ਾ ਵਿੱਚ ਹੀ ਆਉਂਦੇ ਆ, ਸ਼ੋਰ ਸ਼ੋਟ ਮਤਲਬ ਵੀ ਪੱਕਾ ਹੀ ਵੀਜ਼ਾ ਆਊਗਾ। ਬਈ ਮੈਂ ਸਰਕਾਰ ਨੂੰ ਚੰਗਾ ਟੈਕਸ ਪੇ ਕਰਦਾ, ਮੈਨੂੰ ਵੀ ਪਤਾ ਮੇਰੀ ਪ੍ਰੋਫਾਈਲ ਉਹ ਹੈ ਨਹੀਂ ਵੀ ਬਿਸਟਰ ਵੀਜ਼ਾ ਆ ਜੇ, ਲਾਇਆ ਹੀ ਨਹੀਂ ਫਿਰ ਤੁਸੀਂ ਬਈ? ਜਦੋਂ ਨਹੀਂ ਆਉਣਾ ਮੈਨੂੰ ਪਤਾ ਸੀ, ਸਟੱਡੀ ਆਜੂ ਤੇ ਲਿਆ ਤੇ ਆਪਾਂ ਜਾਇਆ। ਮਤਲਬ ਏਜੰਟ ਕਹਿ ਰਿਹਾ ਵੀ ਮੈਨੂੰ ਪਤਾ ਸੀ ਮੇਰਾ ਵੀਜ਼ਾ ਨਹੀਂ ਆਉਣਾ, ਮੈਂ ਲਾਇਆ ਨਹੀਂ ਇਸ ਕਰਕੇ। ਨਹੀਂ ਲਾਇਆ ਤੁਸੀਂ ਜਾਂਦੇ ਆ ਜਲੰਧਰ ਭਰਿਆ ਪਿਆ, ਜਿਹਦੇ ਕਹਿੰਦੇ ਅਸੀਂ ਤੁਹਾਡਾ ਲਵਾ ਦਿੰਦਾ, ਤੁਸੀਂ ਹੋਰ ਏਜੰਟ ਕੋਲੇ ਜਾਂਦੇ ਰਹਿੰਦੇ, ਏਜੰਟ ਕੋਲੇ ਜਾਂਦਾ ਗਰੰਟੀ ਵਾਲੇ ਕੋਲੇ। ਉਹੀ ਗੱਲ ਆ, ਦੇਖੋ ਤੁਸੀਂ ਜੇ ਬੈਟਰ ਵੀਜ਼ਾ ਲੈਣਾ ਉਹਤੇ ਕੀ ਪੈਸਾ ਲੱਗੂ? ਉਹੀ ਮੈਂ ਕਹਾਂ 10-15 ਹਜ਼ਾਰ ਰੁਪਏ ਦੀ ਗੇਮ ਆ ਨਾ, 30-30 ਲੱਖ ਰੁਪਇਆ ਰੇਟ ਹੈ ਤਾਂ ਮਾਰਕੀਟ ਦਾ ਰੇਟ, ਆਪਾਂ ਜੈਨੂਇਨ ਰੇਟ ਦੀ ਗੱਲ ਕਰੀਏ ਬੈਟਰ ਵੀਜ਼ੇ ਦੀ, ਤਾਂ ਉਹ ਇੰਨਾ ਗੱਲ 30 ਹਜ਼ਾਰ ਰੁਪਇਆ ਮੰਨ ਲਓ ਤੁਸੀਂ, ਠੀਕ ਹੈ, ਆਹ ਰੇਟ ਆਪਣਾ ਲੱਗਣਾ ਸੀਗਾ। ਪਰ ਮੈਨੂੰ ਪਤਾ ਸੀ ਵੀ ਉਹ ਵੀਜ਼ਾ ਮੇਰਾ ਆਉਣਾ ਨਹੀਂ, ਤੇ ਸਟੱਡੀ 'ਚ ਮੈਂ ਫੀਸ ਵੀ ਪੇ ਕੀਤੀ ਆ ਕਾਲਜ ਨੂੰ, ਤੇ GIC ਵੀ ਪੇ ਕੀਤੀ ਆ, ਕਿੰਨੇ ਜੀ ਕਰ ਸਕਦੇ ਸੀ ਨਾ, ਗੱਲ ਤਾਂ ਹੈ ਹਰੇਕ ਬੰਦਾ ਐਂ ਕਰ ਨਹੀਂ ਸਕਦਾ ਨਾ। ਕਿਉਂ ਨਹੀਂ ਕਰ ਸਕਦਾ ਜੀ, ਸਾਰੇ ਬੱਚੇ ਕਰੀ ਜਾਂਦੇ ਆ ਜੋ ਸਟੱਡੀ ਵੀਜ਼ੇ ਤੇ ਜਾਂਦੇ ਆ। ਮੇਰੇ ਕਾਲਜ ਦੀਆਂ ਕਲਾਸਾਂ ਆਨਲਾਈਨ ਆ, ਮੈਂ ਉਹਨੂੰ ਲਾ ਰਿਹਾ, ਚਲੋ ਮੈਨੂੰ 2 ਸਾਲਾਂ ਨੂੰ ਉਹਦਾ ਜਿਹੜਾ ਸਰਟੀਫਿਕੇਟ ਆ ਮਿਲ ਜੂਗਾ ਜਦੋਂ ਮੇਰੀ ਸਟੱਡੀ ਪੂਰੀ ਹੋ ਜਾਂਦੀ। ਅੱਛਾ, ਉੱਥੋਂ ਛੁੱਟੀ ਲੈ ਕੇ ਆ ਗਏ ਫਿਰ? ਕੰਮ ਤਾਂ ਕਰਨਾ ਹੀ ਆ ਬਾਈ। ਪੋਸੀਬਲ ਹੈ ਇਹ, ਲੀਗਲੀ ਠੀਕ ਹੈ ਇਹ ਗੱਲ, ਵੀ ਉਹ ਉਹਨਾਂ ਦੀ ਸਰਕਾਰ ਕੁਝ ਕਹਿੰਦੀ ਨਹੀਂ, ਪਰ ਉਹ ਵਰਕ ਪਰਮਿਟ ਨਹੀਂ ਦੇਣਗੇ, ਉਹ ਦੁਆ ਜੋ ਮਿਲਣਾ ਸੀਗਾ। ਤੁਹਾਨੂੰ ਕੀ ਲੋੜ ਹੈ ਵਰਕ ਪਰਮਿਟ? ਚਲੋ ਪਤਾ, ਵੈਸੇ ਵੀ ਮੈਂ 25-26 ਦਿਨ ਗਿਆ, ਮੇਰਾ ਕੋਈ ਉੱਥੇ ਇੰਨਾ ਜੀ ਨਹੀਂ ਲੱਗਿਆ ਜਿੰਨਾ ਪੰਜਾਬ 'ਚ ਲੱਗਦਾ। ਉਹ ਕਹਿੰਦੇ ਹੁੰਦੇ ਆ ਬਾਈ ਜਿੱਥੇ ਆਪਣੀਆਂ ਜੜ੍ਹਾਂ ਜੁੜੀਆਂ ਨਾ, ਪਤਾ ਨਹੀਂ ਤਾਂ ਮੈਨੂੰ ਇਹ ਲੱਗਦਾ ਉਰੇ ਕੰਮ ਕਾਰ ਸੈੱਟ ਆ ਤਾਂ ਲੱਗਦਾ, ਜਿਹੜੇ ਗਏ ਆ ਉਹ ਤਾਂ ਮੁੜਦੇ ਨਹੀਂ ਉਹਨਾਂ ਦੇ ਉੱਥੇ। ਤਜਰਬਾ ਕੀ ਹੈ ਜਦੋਂ ਕੈਨੇਡਾ ਪਹਿਲੀ ਵਾਰੀ ਗਏ ਸੀ? ਪਹਿਲੀ ਵਾਰੀ ਦੱਸੋ ਫਿਰ ਮਾੜਾ, ਜਦੋਂ ਉੱਤਰੇ ਪਹਿਲੀ ਵਾਰੀ ਦੇਖਿਆ ਉੱਤਰੇ? ਮੈਂ ਦੱਸਦਾ ਬਾਈ, ਉੱਤਰੇ ਸਭ ਤੋਂ ਪਹਿਲੀ ਗੱਲ ਤਾਂ ਨਾ, ਕਹਿੰਦੇ ਹੁੰਦੇ ਇੱਕ ਮਨ ਜਮਾਂ ਪੂਰਾ ਫੁੱਲ ਖੁਸ਼ ਹੋ ਗਿਆ,
ਉਹਦੇ ਇਮੀਗ੍ਰੇਸ਼ਨ ਉੱਥੇ ਹੁੰਦੀ ਹੈਗੀ ਸਕਰੀਨ ਦੇ ਉੱਤੇ ਬਈ ਉਹ ਉੜੇ ਆੜੇ 'ਚ ਹੋਈ ਆ ਪੰਜਾਬੀ 'ਚ, ਪੰਜਾਬੀ 'ਚ ਹੋਈ। ਇੰਗਲਿਸ਼ ਦੀ ਵੀ ਆਪਸ਼ਨ ਸੀ, ਮੈਂ ਨਹੀਂ ਜੀ ਆਪਾਂ ਪੰਜਾਬੀ 'ਚ ਹੀ ਕਰਨੀ ਆ, ਬੜੀ ਸੌਖੀ ਹੁੰਦੀ ਆ ਉਹ ਇੰਗਲਿਸ਼ 'ਚ ਵੀ ਜੇ ਕਰਨੀ ਆ ਤਾਂ, ਪਰ ਇੱਕ ਕਹਿ ਰਹੀ ਆ ਵੀ ਪੰਜਾਬੀ ਕਿੱਥੇ ਪਹੁੰਚ ਗਈ ਹਨਾ। ਅਤੇ ਉਦੋਂ ਬਾਅਦ ਡਰਾਈਵਿੰਗ ਲਾਇਸੈਂਸ ਵੀ ਬਣਵਾਇਆ ਮੈਂ ਉੱਥੇ ਜਾ ਕੇ, ਉਹ ਵੀ ਪੰਜਾਬੀ 'ਚ ਬਣਦਾ ਉੱਥੇ। ਅੱਛਾ, ਤੁਸੀਂ ਬੈਂਕ 'ਚ ਜਾਓਗੇ ਤੁਹਾਨੂੰ ਪੰਜਾਬੀ ਮਿਲਣਗੇ। ਮੈਂ ਇਮੀਗ੍ਰੇਸ਼ਨ ਕਰਵਾਈ ਉੱਥੇ, ਸਰਦਾਰ ਖੜਾ ਇੰਨੀ ਸੋਹਣੀ ਉਹਦੇ ਦਾੜੀ ਬਾਈ, ਅਤੇ ਮੈਨੂੰ ਬੜਾ ਇੱਕ ਫਕਰ ਜਿਹਾ ਮਹਿਸੂਸ ਹੋਇਆ ਵੀ ਯਾਰ ਪੰਜਾਬੀ ਆ ਖੜੇ ਆ, ਅਤੇ ਬਾਈ ਕਿੱਡੀ ਵੱਡੀ ਕੰਟਰੀ ਆ ਉਹ ਹਨਾ, ਜੇ ਆਪਾਂ ਗੱਲ ਕਰੀਏ ਅਤੇ ਉੱਥੇ ਪੰਜਾਬੀ ਪੰਜਾਬੀ ਨੇ, ਟਰਾਂਸਪੋਰਟਾਂ ਪੰਜਾਬੀਆਂ ਦੀਆਂ, ਜ਼ਿਆਦਾਤਰ ਉੱਥੇ ਅੱਜ ਕੰਮ ਪੰਜਾਬੀਆਂ ਦੇ ਆ, ਕਦੇ ਤਾਂ ਉਹ ਵੀ ਸਟੂਡੈਂਟ ਵੀਜ਼ੇ 'ਤੇ ਗਏ ਆ ਨਾ। ਬਿਲਕੁਲ, ਆਪਾਂ ਇਕੱਲਾ ਇਹੀ ਨਾ ਕਹੀ ਜਾਈਏ, ਕਹਿੰਦੇ ਸ਼ੁਰੂ ਸ਼ੁਰੂ 'ਚ ਔਖਾ ਹੁੰਦਾ ਕਹਿੰਦੇ, ਤੁਹਾਡਾ ਵੀ ਨਹੀਂ ਜੀ ਲੱਗਿਆ ਤੁਸੀਂ ਇਹ ਕਹੀ ਗੱਲ? ਮੈਂ ਜੀ ਦਾਦਾ ਜਦੋਂ ਜੀ ਤੁਸੀਂ ਆ ਪੱਤਰਕਾਰਤਾ ਸਟਾਰਟ ਕੀਤੀ ਆ, ਪਹਿਲੇ ਦਿਨ ਤੋਂ ਹੀ ਆ ਨਾ ਨਾ ਬਾਲਾ ਸਟਰਗਲ ਦੇਖਿਆ ਵੀਰੇ, ਉਹ ਹਰ ਕੰਮ 'ਚ ਹੀ ਆ, ਇਕੱਲੇ ਉੱਥੇ ਨਹੀਂ ਹੈਗਾ ਜੀ। ਪਹਿਲਾਂ ਰਕਸ਼ਿਆਂ ਤੇ, ਫਿਰ ਮੋਟਰਸਾਈਕਲ ਲਿਆ ਪਹਿਲੀ ਵਾਰੀ ਮੈਂ, ਆ ਗੱਡੀਆਂ ਤਾਂ ਹੁਣ ਆਈਆਂ ਹੈ ਨਾ, ਤਾਂ ਹਰ ਕਿਸੇ ਕੰਮ 'ਚ ਹੀ ਆ, ਪਹਿਲਾਂ ਮਿਹਨਤ ਕਰਾਂਗੇ। ਜੇ ਤੁਸੀਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਜੀ, ਜਦੋਂ ਬੱਚਾ ਉੱਥੇ ਚਲਾ ਗਿਆ ਉਹ ਕੀ ਕਰਦਾ ਨਾ, ਦੂਜਿਆਂ ਨੂੰ ਬਹੁਤ ਦੇਖਦਾ ਵੀ ਉਹ ਚੀਜ਼ ਮੈਨੂੰ ਥੋੜ੍ਹੀ ਜਿਹੀ ਲੱਗੀ ਉੱਥੇ ਨਹੀਂ ਹੋਣੀ ਚਾਹੀਦੀ। ਇੱਕ ਬੱਚਿਆਂ ਨੂੰ ਸਲਾਹ ਵੀ ਆ ਵੀ ਤੁਸੀਂ ਦੂਜੇ ਨੂੰ ਨਾ ਦੇਖੋ, ਤੁਹਾਡੀ ਪ੍ਰੋਫਾਈਲ ਆ। ਮੈਂ ਪਿਛਲੀ ਆਪਾਂ ਵੀਡੀਓ 'ਚ ਮੈਂ ਪ੍ਰਾਈਵੇਟ ਕਾਲਜ ਵੀ ਵੇਚਿਆ, ਕਿਉਂਕਿ ਉਹ ਉਹਨੂੰ ਵੇਚਿਆ ਜਿਹਦੀ ਪ੍ਰੋਫਾਈਲ ਉਵੇਂ ਦੀ ਸੀ। ਜਦੋਂ ਬੱਚੇ ਦਾ ਵੀਜ਼ਾ ਆ ਗਿਆ ਨਾ, ਇੱਕ ਬਈ ਇੱਦੂ ਹਟ ਕੇ ਗੱਲ ਆ ਗਈ ਵੀ ਜਦੋਂ ਵੀਜ਼ਾ ਆਉਣਾ ਇੱਕ ਅਲੱਗ ਗੱਲ ਆ, ਜਿਹੜੀ ਬਾਹਰ ਦੀ ਅਸਲੀ ਜਰਨੀ ਆ ਨਾ ਉਹ ਤੁਹਾਡੇ ਵੀਜ਼ੇ ਤੋਂ ਸਟਾਰਟ ਹੋਣੀ ਆ। ਮਤਲਬ ਵੀਜ਼ਾ ਅਚੀਵਮੈਂਟ ਨਹੀਂ, ਉਹ ਤਾਂ ਬੜੀ ਛੋਟੀ ਚੀਜ਼ ਆ ਵੀਜ਼ਾ ਤਾਂ। ਵੀਜ਼ਾ ਤਾਂ ਮੈਂ ਲੋਕ ਇਸ ਗੱਲ ਦੀ ਖੁਸ਼ੀ ਹੁੰਦੇ ਵੀ ਵੀਜ਼ਾ ਆ ਗਿਆ। ਮੈਂ ਪਹਿਲੀ ਵਾਰ ਤੁਹਾਨੂੰ ਕੀ ਕਿਹਾ ਸੀ ਵੀ ਸਾਡੀ ਹਾਲੇ ਤੱਕ ਇੱਕ ਵੀ ਰਿਫਿਊਜ਼ਲ ਨਹੀਂ ਆਈ, ਸਾਰੇ ਵੀਜ਼ੇ ਲੈਤੇ ਆ ਹੁਣ ਤੱਕ। ਮੇਰੇ ਭਾਜੀ ਤੋਂ ਬਾਈ ਬੜੀ ਛੋਟੀ ਗੱਲ ਆ ਵੀ ਮੈਂ ਕਿਸੇ ਦਾ ਵੀ ਲੈ ਸਕਦਾ। ਅੱਛਾ, ਹੁਣ ਤੱਕ ਵੀ ਮਤਲਬ 150+ ਸਟੂਡੈਂਟ ਵੱਗ ਗਿਆ, ਇੱਕ ਰਿਫਿਊਜ਼ਲ ਆ ਕੁੜੀ ਦੀ, ਉਹ ਵੀ ਦੁਬਾਰੇ ਫਾਈਲ ਲਾਉਣੀ ਆ, ਹਾਲੇ ਅਟੈਸਟੇਸ਼ਨ ਚੱਲੀ ਜਾਂਦੀ ਆ, 31 ਮਾਰਚ ਤੋਂ ਦੁਬਾਰਾ ਲੱਗੂਗੀ। ਅਤੇ ਮੈਨੂੰ ਲੱਗਦਾ ਮੈਂ ਉਹਨੂੰ ਵੀ ਵੀਜ਼ਾ ਲੈ ਕੇ ਦੇ ਦੂੰਗਾ, ਉਹ ਤਾਂ ਬਾਈ ਬੜੀ ਛੋਟੀ ਚੀਜ਼ ਆ ਵੀਜ਼ਾ ਉਹਨਾਂ ਦਾ। ਵੀਜ਼ਾ ਆ ਗਿਆ ਤੁਹਾਡੇ ਕੋਲ, ਮੇਨ ਜਿਹੜੀ ਤੁਹਾਡੀ ਇੱਕ ਤੁਹਾਡਾ ਸਫ਼ਰ ਆ ਜ਼ਿੰਦਗੀ ਦਾ PR ਤੱਕ ਦਾ, ਉਹ ਉੱਥੇ ਸਟਾਰਟ ਹੋਣਾ। ਬੱਚੇ ਜਦੋਂ ਇੱਥੋਂ ਪ੍ਰਾਈਵੇਟ ਲੈਂਦੇ ਆ ਕਾਲਜ, ਉਹ ਕੀ ਸੋਚਦੇ ਆ ਵੀ ਸਾਡੀ ਪ੍ਰੋਫਾਈਲ ਐਵੇਂ ਦੀ ਆ, ਸਰਕਾਰੀ ਕਾਲਜ ਐਡਮਿਸ਼ਨ ਨਹੀਂ ਦਿੰਦਾ। ਪਰ ਜਦੋਂ ਉੱਥੇ ਪਹੁੰਚ ਕੇ ਉੱਥੇ ਜਾ ਕੇ ਉਹ ਲੜਦੇ ਆ ਵੀ ਸਾਡੀ ਫੀਸ ਰਿਫੰਡ ਕਰਾਓ। ਬਈ ਉਹਨਾਂ ਨੂੰ ਜਮ੍ਹਾਂ ਉਰੇ ਕਹਿ ਕੇ ਤੋਰਿਆ ਹੁੰਦਾ ਵੀ ਕਾਲਜ ਨੇ ਫੀਸ ਨਹੀਂ ਰਿਫੰਡ ਕਰਨੀ, ਸਾਲ ਪੜ੍ਹਨਾ ਪਊ ਤੁਹਾਨੂੰ ਉੱਥੇ ਕਾਲਜ ਦੇ ਵਿੱਚ। ਇੱਥੋਂ ਪਹਿਲਾਂ ਦੱਸਦੇ ਹੋਏ ਗੱਲਾਂ ਸਾਰੀਆਂ, ਬਿਲਕੁਲ ਪੰਜਾਬੀ 'ਚ ਅੱਧਿਆਂ ਤੋਂ ਤਾਂ ਅਸੀਂ ਲਿਖਾ ਵੀ ਲੈਂਦੇ ਹਾਂ ਵੀ ਭਾਈ ਤੂੰ ਲਿਖ ਦੇ ਵੀ ਮੁੜ ਕੇ ਤੂੰ ਸਾਨੂੰ ਕਵੇਂ ਕੱਲ੍ਹ ਨੂੰ ਕਾਲਜ ਨੇ ਫੀਸ ਤੇਰੀ ਰਿਫੰਡ ਨਹੀਂ ਕੀਤੀ, ਤੈਨੂੰ ਕਾਲਜ ਨਾਲ ਹੀ ਗੱਲ ਕਰਨੀ। ਉੱਥੇ ਜਾ ਕੇ ਜਿਹਨਾਂ ਦੇ ਸੰਪਰਕ 'ਚ ਆਉਂਦਾ, ਹਾਂਜੀ, ਮੰਨ ਲਓ ਉਹ ਕੰਮ ਤੇ ਗਿਆ ਪਹਿਲੇ ਦਿਨ, ਜਿਹੜੇ ਉਹਦੇ ਨਾਲ ਦੇ, ਫਿਰ ਉਹ ਕਹਿੰਦੇ ਵੀ ਤੇਰੇ ਤਾਂ ਏਜੰਟ ਨੇ ਤੇਰੇ ਨਾਲ ਗਲਤ ਕਰਤਾ, ਤੂੰ ਸਰਕਾਰੀ ਲੈਂਦਾ, ਫਿਰ ਉਹ ਕਹਿੰਦਾ ਅੱਛਾ ਮੇਰੇ ਨਾਲ ਗਲਤ ਹੋ ਗਿਆ। ਪਰ ਉਹ ਇਹ ਨਹੀਂ ਕਹਿੰਦਾ ਮੇਰੇ 2 ਜੋ 5.5 ਸੀ, ਮੇਰੇ 3 ਜੋ 5.5 ਸੀ, ਇਹ ਕਦੇ ਨਹੀਂ ਕਹਿੰਦਾ ਮੇਰੀ ਪ੍ਰੋਫਾਈਲ ਮਾੜੀ ਸੀ, ਮੈਂ ਤਾਂ ਕਾਲਜ ਲੈ ਕੇ ਆਇਆ, ਉੱਥੇ ਏਜੰਟ ਮਾੜਾ ਹੋ ਜਾਂਦਾ। ਤੁਹਾਡੇ ਨਾਲ ਹੋਈ ਵੀ ਆ ਤੁਹਾਡੇ ਤੋਂ ਬਹੁਤ ਫੋਨ ਆਇਆ, ਇੱਕ ਉਹ ਕਿੱਸਾ ਕੀ ਹੈ ਬਈ ਉਹ ਸੁਣਾਓ ਵੀ ਉੱਥੇ ਪ੍ਰਾਈਵੇਟ 'ਚ ਗਿਆ ਬੰਦਾ ਕਹਿੰਦਾ ਵੀ ਪੈਸੇ ਮੋੜ ਦਿਓ। ਹਾਂ ਵੀ ਉਹ ਕਹਿੰਦਾ ਜੀ ਮੇਰੀ ਫੀਸ ਰਿਫੰਡ ਕਰਾਓ। ਮੈਂ ਕਿਹਾ ਵੀ ਤੁਸੀਂ ਕਾਲਜ ਤੋਂ ਕਰਾ ਲਓ ਰਿਫੰਡ, ਜੇ ਕਰਦਾ ਬਈ ਉਹ ਨਹੀਂ ਕਰਦੇ। ਹੁਣ ਜਿਹੜੇ ਪ੍ਰਾਈਵੇਟ ਕਾਲਜ ਆ ਉਹ ਤੁਹਾਨੂੰ ਵੀਜ਼ੇ ਲੈ ਕੇ ਦੇਣ ਨੂੰ ਥੋੜ੍ਹੀ ਬੈਠੇ ਆ ਉੱਥੇ, ਤੁਸੀਂ ਜੇ ਤੁਸੀਂ ਇੰਨੇ ਵਾਲੀ ਹੋ ਤੁਸੀਂ ਇੱਥੇ ਆਇਲਸ ਰਿਪੀਟ ਕਰੋ, ਪ੍ਰੋਫਾਈਲ ਵਧੀਆ ਬਣਾਓ, ਸਰਕਾਰੀ ਕਾਲਜ ਲਓ। ਜੇ ਤੁਸੀਂ ਪ੍ਰਾਈਵੇਟ ਕਾਲਜ 'ਚ ਜਾਣਾ ਉਹ ਤੁਸੀਂ ਬਈ ਇੱਥੇ ਬਹੁਤ ਵੱਡੇ ਜਿਹੜੇ ਇਮੀਗ੍ਰੇਸ਼ਨ ਦੇ ਕਹਿ ਦਈਏ ਬੈਠੇ ਆ ਗਏ, ਉਹਨਾਂ ਦੇ ਆਪਦੇ ਕਾਲਜ ਅਗਲੇ ਨਹੀਂ ਕਰਦੇ ਫੀਸ ਰਿਫੰਡ ਉੱਥੇ, ਕਿਉਂ ਕਰਨਾ? ਅਗਲੇ ਨੇ ਤੁਹਾਨੂੰ ਵੀਜ਼ਾ ਲੈ ਕੇ ਦਿੱਤਾ। ਮੈਨੂੰ ਆ ਗਿਆ, ਮੈਂ ਫਿਰ ਉਹਨਾਂ ਨੂੰ ਨੋਰਮਲੀ ਕਹਿਤਾ, ਮੈਂ ਬ੍ਰਦਰ ਦੇਖੋ ਮੈਥੋਂ ਹੋ ਗਈ ਗਲਤੀ, ਮੈਂ ਤੇਰਾ ਵੀਜ਼ਾ ਲਵਾਤਾ, ਮੈਨੂੰ ਮਾਫ਼ ਕਰ ਦੇ ਤੂੰ, ਅਤੇ ਤੇਰੀ GIC ਤੈਨੂੰ ਮਿਲ ਗਈ, ਮਿਲ ਗਈ, ਤੂੰ ਵਾਪਸ ਪੰਜਾਬ ਆ ਜਾ, ਵੀਜ਼ਾ ਕੈਂਸਲ ਕਰਾ ਲਾ ਅਤੇ ਆਪਦੀ ਫੀਸ ਮੈਥੋਂ ਆਪਦੇ ਕੋਲੋਂ ਲੈ ਲਾ, ਕਾਲਜ ਤਾਂ ਨਹੀਂ ਵਾਪਸ ਕਰਦਾ। ਮੈਂ ਕਹਿਤਾ ਅਤੇ ਬਾਈ ਮੁੜ ਕੇ ਫੋਨ ਨਹੀਂ ਆਇਆ ਮੈਨੂੰ ਉਹਦਾ।
ਵਾਪਸ ਨਹੀਂ ਆਇਆ ਫਿਰ ਯਾਰ ਉਹੀ ਉਹੀ ਗੱਲ ਹੈ ਨਾ ਵੀ ਵੀਜ਼ਾ ਤਾਂ ਮਿਲ ਗਿਆ ਉਹ ਤਾਂ ਭੁੱਲ ਗਏ ਵੀ ਵੀਜ਼ਾ ਮਿਲ ਗਿਆ ਤੁਸੀਂ ਇਹ ਕਹਿ ਰਹੇ ਹੋ ਵੀ ਪਹਿਲਾਂ ਸਾਰੀਆਂ ਗੱਲਾਂ ਖੋਲੀਆਂ ਵੀ ਹੁੰਦੀਆਂ ਬਾਅਦ 'ਚ ਬੰਦਾ ਕਹਿੰਦਾ ਵੀ ਇਹ ਤਾਂ ਠੱਗੀ ਹੈ ਉਹੀ ਮੈਂ ਉਹੀ ਗੱਲ ਕਰਦਾ ਵੀਰੇ ਹੁਣ ਜਿਵੇਂ ਆਪਾਂ ਗੱਲ ਕਰੀਏ ਆਪਾਂ ਜਦੋਂ ਆਹ ਵਾਲੀ ਚੀਜ਼ ਆ ਗਈ ਵੀ ਕਿਸੇ ਨੇ ਕਹਿ ਦਿੱਤਾ ਜੀ ਠੱਗੀ ਆ ਪੂਰੀ ਕਹਾਣੀ ਪੁੱਛੋ ਵੀ ਕੀ ਆ ਮੈਂ ਵੀਰੇ ਤਾਂ ਚਲੋ ਨਹੀਂ ਆਉਣਾ ਚਾਹੁੰਦਾ ਵੈਸੇ ਮੈਂ ਭਾਨੇ ਬਾਈ 'ਤੇ ਵੀ ਆ ਜਾ ਹੈ ਨਾ ਪੂਰੀ ਪ੍ਰੋਪਰ ਗੱਲ ਸੁਣ ਲਓ ਕੀ ਆ ਮੈਨੂੰ ਲੱਗਦਾ ਗਾ ਵੀ ਕੁਛ ਕਿਤੇ ਨਾ ਕਿਤੇ ਲੋਕ ਵੀ ਹੈਗੇ ਆ ਜਿਹੜੇ ਐਵੇਂ ਕਰ ਜਾਂਦੇ ਮੈਨੂੰ ਮੈਂ ਕੱਲ ਕਿਸੇ ਕੋਲੇ ਬੈਠਾ ਸੀ ਉਹਨੇ ਮੈਨੂੰ ਗੱਲ ਦੱਸੀ ਉਹਨੂੰ ਵੀ ਫੋਨ ਗਿਆ ਸੀ ਉਹਨੇ ਪੈਸੇ ਨਹੀਂ ਮੋੜੇ ਬੰਦੇ ਨੇ ਰੌਲਾ ਕੀ ਸੀ ਉਹ ਤੁਹਾਨੂੰ ਇੰਟਰਸਟਿੰਗ ਗੱਲ ਸੁਣਾਉਣਾ ਮੈਂ ਉਹ ਕਹਿੰਦੇ ਜੀ ਅਸੀਂ ਵਰਕ ਪਰਮਿਟ ਤੇ ਬੰਦਾ ਭੇਜਤਾ ਕੈਨੇਡਾ ਅੱਗੇ ਜਾ ਕੇ ਜਿਹੜਾ ਕੰਮ ਮਿਲਿਆ ਉਹ ਕੰਮ ਬੰਦੇ ਨੂੰ ਪਸੰਦ ਨਹੀਂ ਆਇਆ 2 ਮਹੀਨੇ ਬਾਅਦ ਮੁੰਡਾ ਬਿਨਾਂ ਦੱਸੇ ਮਾਂ ਪਿਓ ਨੂੰ ਬਿਨਾਂ ਦੱਸੇ ਏਜੰਟ ਨੂੰ ਬਿਨਾਂ ਦੱਸੇ ਆਪਦੇ ਇੰਪਲੋਇਰ ਨੂੰ ਫਲਾਈਟ ਫੜੀ ਤੇ ਇੰਡੀਆ ਵਾਪਸ ਆ ਗਿਆ ਮੇਰਾ ਉੱਥੇ ਜਿਵੇਂ ਤੁਸੀਂ ਕਿਹਾ ਤੁਹਾਡਾ ਜੀ ਨਹੀਂ ਲੱਗਿਆ ਹੁਣ ਉਹਦਾ ਕੋਈ ਵੀ ਕਾਰਨ ਹੋ ਸਕਦਾ ਕੰਮ ਨਹੀਂ ਪਸੰਦ ਆਇਆ ਜੀ ਨਹੀਂ ਲੱਗਿਆ ਪੰਜਾਬ ਨੂੰ ਮਿਸ ਕਰਦਾ ਸੀ ਜਦੋਂ ਇੰਡੀਆ ਵਾਪਸ ਆਇਆ ਤੇ ਅਗਲੇ ਦਿਨ ਸਾਰਾ ਟੱਬਰ ਏਜੰਟ ਕੋਲੇ ਗਿਆ ਵੀ ਸਾਡੇ ਪੈਸੇ ਮੋੜ ਵੀ ਸਾਡਾ ਤਾਂ ਬੰਦਾ ਉੱਥੇ ਕੰਮ ਜਿਹੜਾ ਤੂੰ ਕੰਮ ਦਵਾਇਆ ਸੀ ਉਹ ਕਹਿੰਦਾ ਵੀ ਵੀਜ਼ਾ ਲਵਾਇਆ ਵਰਕ ਪਰਮਿਟ ਦਵਾਇਆ LMIA ਹੁੰਦੀ ਸ਼ਾਇਦ ਹਨਾ ਉਹ ਕੰਮ ਤੇ ਬੰਦਾ ਗਿਆ ਤੁਹਾਡਾ ਉਹਨੂੰ 2 ਮਹੀਨੇ ਪੈਸੇ ਮਿਲੇ ਉਹਦੇ ਕੰਮ ਦੇ ਬਕਾਇਦਾ ਤਨਖਾਹ ਮਿਲੀ ਹੁਣ ਮੈਂ ਕਾਹਦੇ ਪੈਸੇ ਮੋੜਾਂ ਉਹਨਾਂ ਨੇ ਪਤਾ ਲੱਗਿਆ ਵੀ ਧਰਨਾ ਲਵਾ ਤਾ ਵੀ 17 ਲੱਖ ਰੁਪਏ ਦੀ ਠੱਗੀ ਕਿ 20 ਲੱਖ ਦੀ ਠੱਗੀ ਹੋ ਗਈ ਉਹ ਪੈਸੇ ਮੋੜੋ ਉਹ ਏਜੰਟ ਅੜ ਗਿਆ ਵੀ ਮੈਂ ਪੈਸੇ ਨਹੀਂ ਮੋੜਦਾ ਫਿਰ ਫੋਨ ਫੂਨ ਵੀ ਗਏ ਮੇਰੇ ਖਿਆਲ ਐਂ ਵੀ ਪੈਸੇ ਮੋੜੋ ਇਹੋ ਜਿਹੇ ਕੇਸ ਵੀ ਕਈ ਆ ਜਾਂਦੇ ਆ ਇਹੋ ਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਦੇਖੋ ਕਹਿ ਦਈਏ ਧਰਨੇ ਜੋ ਹੈਗੇ ਆ ਇਹਨਾਂ ਮਸਲਿਆਂ ਦਾ ਹੱਲ ਜ਼ਰੂਰ ਨੇ ਪਰ ਮੈਨੂੰ ਇੰਨਾ ਕੁ ਇੱਕ ਮੈਂ ਕਹਿ ਦਾਂ ਬੇਨਤੀ ਹੋਈ ਆ ਹਨਾ ਇਹਨਾਂ ਨੂੰ ਵੀ ਸਾਰਾ ਜਦੋਂ ਵੀ ਆਪਾਂ ਕੋਈ ਧਰਨਾ ਲਾਉਣਾ ਤਾਂ ਇੱਕ ਵਾਰ ਜਿਹੜਾ ਮੈਟਰ ਆ ਚੰਗੀ ਤਰ੍ਹਾਂ ਆਪਣੇ ਦਿਮਾਗ 'ਚ ਹੋਵੇ ਏਜੰਟ ਨੂੰ ਵੀ ਮਤਲਬ ਪਹਿਲਾਂ ਠੱਗ ਨਾ ਸਮਝੋ ਪਹਿਲਾਂ ਉਹਦੀ ਸੁਣ ਲਓ ਇਹ ਕਹਿ ਰਹੇ ਹੋ ਤੁਸੀਂ ਵੀ ਕੀ ਗੱਲ ਆ ਜਦੋਂ ਲੱਗੇ ਗਲਤ ਆ ਫਿਰ ਜੋ ਮਰਜ਼ੀ ਕਰੋ ਜੋ ਮਰਜ਼ੀ ਕਰੋ ਮੈਨੂੰ ਕੰਟਰੀ ਵਾਈਜ਼ ਥੋੜਾ ਦਿਓ ਆਪਾਂ ਇਨਫੋਰਮੇਸ਼ਨ ਦਰਸ਼ਕਾਂ ਨਾਲ ਸਾਂਝੀ ਕਰ ਲਈਏ ਆਸਟ੍ਰੇਲੀਆ ਦੇ ਹੁਣ ਕੀ ਹਾਲਾਤ ਹੈ ਬੰਦ ਆਸਟ੍ਰੇਲੀਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਖੁੱਲ ਗਿਆ ਜੀ ਪਹਿਲਾਂ ਤਾਂ ਜਮਾਂ ਹੀ ਬੰਦ ਹੋ ਗਿਆ ਸੀਗਾ ਹੁਣ ਕਾਲਜਾਂ ਦੇ ਵੀ 1-2 ਵੀਜ਼ੇ ਦੇਖਣ ਨੂੰ ਮਿਲ ਰਿਹਾ ਮਾਰਕੀਟ ਦੇ ਵਿੱਚ ਤਾਂ ਆਸਟ੍ਰੇਲੀਆ ਪਹਿਲਾਂ ਨਾਲੋਂ ਖੁੱਲ੍ਹਣਾ ਸਟਾਰਟ ਹੋਇਆ ਅਤੇ ਜੇ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਨੇ ਜਿਹੜਾ ਸਟੂਡੈਂਟ ਦਾ ਕੋਟਾ ਜੀ ਉਹ ਵੀ ਘਟਾਤਾ ਪਹਿਲਾਂ ਨਾਲੋਂ ਪਰ ਜੋ ਵੀਜ਼ਾ ਸਕਸੈਸ ਰੇਟ ਆ ਉਹ ਅੱਜ ਵੀ ਬਹੁਤ ਜ਼ਿਆਦਾ ਸੋਹਣਾ ਚੱਲ ਰਿਹਾ ਰਿਫਿਊਜ਼ਲ ਨਹੀਂ ਆ ਰਹੀ ਤੇ ਇੱਕ ਆ ਨਵਾਂ ਕੋਈ ਅਟੈਸਟੇਸ਼ਨ ਵਾਲਾ ਕੰਮ ਸ਼ੁਰੂ ਹੋਇਆ ਉਹ ਇੱਕ ਮੈਂ ਕਹਿੰਦਾ ਵਧੀਆ ਚੀਜ਼ ਵੀ ਹੋਈ ਆ ਜੀ ਹਾਂ ਮੇਰੇ ਤੁਹਾਨੂੰ ਮੈਂ ਜਿਵੇਂ ਤੁਸੀਂ ਬੜੀ ਕਹਿੰਦੇ ਹੋ ਬੜੀ ਇੰਟਰਸਟਿੰਗ ਗੱਲ ਸੀ ਮੈਂ ਵੀ ਸੁਣਾਉਣਾ ਤੁਹਾਨੂੰ ਇੱਕ ਸਟੂਡੈਂਟ ਕੱਲ੍ਹ ਆਇਆ ਕਹਿੰਦਾ ਜੀ ਮੈਂ ਬ੍ਰਮਟਨ ਜਾਣਾ ਮੈਂ ਜੀ ਭੇਜ ਦਾਂਗੇ ਮੈਂ ਮੈਨੂੰ ਕਾਲਜ ਦੱਸ ਕਿਹੜੇ 'ਚ ਜਾਣਾ ਉਹਨੇ ਜੀ ਮੈਨੂੰ 7 ਕਾਲਜਾਂ ਦੇ ਨਾਮ ਲਏ ਅਤੇ ਉਹ 7 ਕਾਲਜ ਬੰਦ ਆ ਜਿਹਨਾਂ 'ਚ ਵਰਕ ਪਰਮਿਟ ਹੈ ਨਹੀਂ ਅੱਛਾ ਉਹ ਇਹਨਾਂ ਨੇ ਹੁਣ ਉੱਥੇ ਇੱਕ ਪਾਰਟਨਰਸ਼ਿਪ ਨਾਲ ਕਾਲਜ ਚੱਲਦੇ ਸੀ ਸਰਕਾਰੀ ਨਾਲ ਪ੍ਰਾਈਵੇਟ ਦੀ ਅਤੇ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਸੀ ਜੀ ਸਤੰਬਰ ਤੋਂ ਬਾਅਦ ਉਹਨਾਂ ਦੀ ਬੰਦ ਹੋ ਗਈ ਸਾਰੀ ਜੋ ਸੀਗੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਉਹਨੇ ਜਿਹੜੇ ਬੱਚਿਆਂ ਪਹਿਲਾਂ ਬੱਚੇ ਆਪਣੇ ਜਾਂਦੀ ਉਹਨਾਂ ਕਾਲਜਾਂ 'ਚ ਸੀ ਜਿਹੜੇ ਕਾਲਜ ਹੁਣ ਬੰਦ ਹੋ ਗਏ ਉਹ ਕਿਉਂ ਬੰਦ ਕਿਉਂ ਹੋ ਗਏ ਉਹ ਉਹਨਾਂ ਨੇ ਕਹਿਤਾ ਜੀ ਜਿਨ੍ਹਾਂ ਦੇ ਜਿਹੜੇ ਗੱਠਜੋੜ ਨਾਲ ਕਾਲਜ ਚੱਲ ਰਹੇ ਆ ਸਰਕਾਰੀ ਤੇ ਪ੍ਰਾਈਵੇਟ ਅਸੀਂ ਉਹਨਾਂ ਨੂੰ ਵਰਕ ਪਰਮਿਟ ਨਹੀਂ ਦੇਵਾਂਗੇ ਕਾਲਜ ਚੱਲ ਰਹੇ ਆ ਕਾਲਜ ਨਹੀਂ ਉਹ ਨਾ ਕਿਉਂ ਲਏ ਤੁਹਾਡੇ ਅੱਗੇ ਆ ਕਿ ਉਹ ਕਿੱਥੋਂ ਸੱਕਿਆ ਆਇਆ ਸੀ ਕਾਲਜ ਨਹੀਂ ਬੰਦ ਹੋਏ ਮੈਂ ਥੋੜਾ ਗਲਤ ਕਹਿ ਗਿਆ ਪਰ ਉਹਨਾਂ 'ਚ ਵਰਕ ਪਰਮਿਟ ਨਹੀਂ ਮਿਲੂਗਾ ਉਹ ਬੱਚੇ ਪਹਿਲਾਂ ਗਈ ਉਹਨਾਂ ਕਾਲਜਾਂ 'ਚ ਨੇ ਜੀ ਆਪਣੇ ਤੇ ਉਹ ਹੁਣ ਜਦੋਂ ਬ੍ਰਮਟਨ 'ਚ ਕੋਈ ਕਾਲਜ ਹੀ ਨਹੀਂ ਰਿਹਾ 2-3 ਕਾਲਜ ਹੈਗੇ ਆ ਗਏ ਚਲੋ ਆਪਾਂ ਨਾਮ ਨਹੀਂ ਲੈ ਸਕਦੇ ਉਹ ਕਾਲਜ ਹੀ ਇੰਨੇ ਕੁ ਹਾਰਡ ਆਪਣੇ ਬੱਚੇ ਉੱਥੇ ਪੜ੍ਹ ਹੀ ਨਹੀਂ ਸਕਦੇ ਸਪਲੀ ਤੇ ਸਪਲੀ ਲੈਣਗੇ ਅੱਛਾ 5 ਦਿਨ ਕਾਲਜ ਕਹਿੰਦਾ ਵੀ ਸਾਡੇ ਕੋਲ ਆਓ ਤੁਸੀਂ ਪੜ੍ਹਨ ਤੇ ਕੰਮ ਕਦੋਂ ਕਰੂ ਕਦੋਂ ਫੀਸਾਂ ਕੱਢੂ ਉਹਨਾਂ ਜਦੋਂ ਬੱਚਾ ਕਦੇ ਵੀ ਨਹੀਂ ਜਾਂਦਾ ਜੀ ਪੜ੍ਹਨ ਤਾਂ ਜਾਂਦੇ ਹੀ ਨਹੀਂ ਆਪਣੇ ਨਹੀਂ ਜਾਂਦਾ ਇਹ ਤਾਂ ਸੱਚ ਹੀ ਹੈ ਸੱਚ ਹੀ ਆ ਹਾਂ ਕਿਸੇ ਨੂੰ ਕੌੜਾ ਵੀ ਲੱਗੂ ਪਰ ਹੈਗਾ ਸੱਚ ਹੀ ਆ ਪੜ੍ਹਨ ਕੋਈ ਨਹੀਂ ਜਾਂਦਾ ਤੇ ਉਹ ਤੋਂ ਬਾਅਦ ਜਿਹੜੇ ਕਾਲਜ ਰਹਿ ਗਏ
ਉਹ ਬ੍ਰਮਟਨ ਨੂੰ ਛੱਡ ਦਿਓ, ਹੁਣ ਉਹ ਬਾਹਰ ਦੇ ਰਹਿ ਗਏ ਜੀ। ਪਹਿਲਾਂ ਤਾਂ ਹਰੇਕ ਦਾ ਜੋ ਵੀ ਰਿਸ਼ਤੇਦਾਰ ਸੀ ਭੈਣ ਭਾਈ ਉਹ ਬ੍ਰਮਟਨ 'ਚ ਬੈਠਾ ਸੀ, ਕਾਲਜ ਦਾ ਨਾਮ ਦੱਸਦਾ ਵੀ ਮੈਥੋਂ 10 ਮਿੰਟਾਂ ਦੀ ਦੂਰੀ 'ਤੇ ਆ ਅਤੇ ਤੂੰ ਆਹ ਕਾਲਜ ਲੈ ਲਾ ਅਤੇ ਮੇਰੇ ਕੋਲ ਆ ਕੇ ਰਹਿ ਲਈ। ਪਰ ਹੁਣ ਇਹ ਚੀਜ਼ਾਂ ਤਾਂ ਉੱਥੇ ਖਤਮ ਹੋਣਗੀਆਂ, ਬਹੁਤ ਦੂਰ ਹੋ ਗਏ ਹੁਣ ਤਾਂ 100 ਕਿਲੋਮੀਟਰ ਬਾਹਰ ਜਾਣਾ ਪੈਂਦਾ। BC ਜਿਹੜੀ ਸਟੇਟ ਹੈ ਜੀ ਉਹਨਾਂ ਨੇ ਅਨਾਊਂਸ ਹੀ ਕਰਤਾ ਵੀ ਜਿਹੜੇ ਨਵੇਂ ਕਾਲਜ ਆ ਉਹ ਨਵੇਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹਨਾਂ ਨੂੰ ਨਾ ਬੁਲਾਉਣ, ਅਸੀਂ ਅਟੈਸਟੇਸ਼ਨ ਨਹੀਂ ਦੇਣੀ। ਤੇ ਇਹ ਅਟੈਸਟੇਸ਼ਨ ਹੁੰਦੀ ਕੀ, ਕਰਨਾ ਕੀ ਪੈਂਦਾ? ਕੁਛ ਨਹੀਂ, ਹਲੇ ਤਾਂ ਜੀ ਇਹਦਾ ਕੋਈ ਪ੍ਰੋਸੈਸ ਹੀ ਸਾਹਮਣੇ ਨਹੀਂ ਆਇਆ ਵੀ ਕੀ ਇਹਦੇ 'ਚ ਹੋਊਗਾ, ਕਿੱਥੋਂ ਕਰਾਉਣੀਆਂ। ਵੈਸੇ ਤਾਂ ਇਹ ਜਿਹੜੀ ਸਟੇਟ ਆ ਉਹਨੇ ਕਰਨੀ ਆ, 31 ਤੋਂ ਪਹਿਲਾਂ ਕਹਿੰਦੇ ਆ ਵੀ ਇਹ ਸਟੇਟ ਜੋ ਸਟਾਰਟ ਹੋ ਜੂਗੀ ਉਹ ਅਟੈਸਟੇਸ਼ਨ। ਇੱਕ ਹੁਣ ਤੁਹਾਡੀ ਸਟੱਡੀ ਵੀ ਜਿਹਦੀ ਫਾਈਲ ਦਾ ਪਾਰਟ ਬਣ ਗਿਆ ਜੋ ਤੁਹਾਨੂੰ ਉੱਥੋਂ ਦੀ ਸਟੇਟ ਤੋਂ ਲੈਣੀ ਪਿਆ ਕਰੂਗੀ ਜਿਹੜੀ ਸਟੇਟ 'ਚ ਤੁਸੀਂ ਜਾ ਰਹੇ ਆ, ਉਹ ਉਸ ਤੋਂ ਬਾਅਦ ਹੀ ਵੀਜ਼ਾ ਮਿਲੂਗਾ। ਫਾਈਲ ਹੀ ਉਸ ਤੋਂ ਬਾਅਦ ਲੱਗੂਗੀ। ਅੱਛਾ, ਫਾਈਲ ਹੀ ਉਸ ਤੋਂ ਬਾਅਦ ਲੱਗੂਗੀ, ਫਾਈਲ ਹੀ ਨਹੀਂ ਲੱਗ ਸਕਦੀ, ਮਤਲਬ ਫਾਈਲ ਦਾ ਹਿੱਸਾ ਹੋ ਗਈ ਉਹ ਅਟੈਸਟੇਸ਼ਨ। ਹਾਂਜੀ 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 ਹਾਂਜੀ, ਜਿਵੇਂ GIC ਪਹਿਲਾਂ SDS ਫਾਈਲ ਦਾ ਇੱਕ ਹਿੱਸਾ ਸੀ ਉਹ ਵੀ ਅਟੈਸਟੇਸ਼ਨ ਉਹਦਾ ਇੱਕ ਹਿੱਸਾ ਹੋ ਗਈ, ਹੋਰ ਕੁਛ ਨਹੀਂ। ਤੇ UK ਨਹੀਂ ਕਰਦੇ ਤੁਸੀਂ? UK ਪਤਾ ਕੀ ਆ, ਮੈਂ ਕਰਦਾਂਗਾ ਪਰ ਬਹੁਤ ਘੱਟ। ਉਹਦੇ 'ਚ ਇੱਕ ਚੀਜ਼ ਦੱਸਦਾ ਵੀਰੇ, ਜੋ ਤਾਂ ਪਲੱਸ ਟੂ ਵਾਲਾ ਸਟੂਡੈਂਟ ਜਾ ਰਿਹਾ ਉਹਨੂੰ ਤਾਂ ਮੈਂ ਹਮੇਸ਼ਾ ਹੀ ਇਹੀ ਰਿਕਮੈਂਡ ਕਰਦਾ ਵੀ ਤੂੰ ਨਾ ਕਰ UK, ਉਹਦੇ ਨਾਲੋਂ ਤੂੰ ਇੱਥੇ ਬਾਹਲਾ ਜ਼ਿਆਦਾ ਚੰਗਾ। ਅੱਛਾ, ਕਿਉਂਕਿ ਉਹਨੇ 3 ਸਾਲ ਦੀ ਪੜ੍ਹਾਈ ਲੈ ਕੇ ਜਾਣਾ ਵੀਰੇ UK 'ਚ ਜਾਊਗਾ। ਮੈਂ ਕਹਿੰਦਾ ਉਹ 6 ਮਹੀਨਿਆਂ ਦੀ ਭਰ ਕੇ ਵਗ ਜੂ ਪੈਕੇਜ 'ਚ ਇੱਥੋਂ, ਬਿਲਕੁਲ 2.5 ਸਾਲ ਦੀ ਫੀਸ ਨਹੀਂ ਕੱਢ ਸਕਦਾ ਕਦੇ ਵੀ ਉੱਥੇ ਜਾ ਕੇ, ਉਹਨੂੰ 2 ਨੰਬਰ 'ਚ ਹੋਣਾ ਕੋ, ਨਾ ਉਹ ਉੱਥੇ ਦਾ ਅਤੇ ਫਿਰ ਨਾ ਉਹ ਇੱਥੇ ਦਾ। ਉਹਦੇ ਨਾਲੋਂ ਚੰਗਾ ਤਾਂ ਉਹ, ਜੇ ਉਹਨੇ 15-20 ਲੱਖ ਲਾਉਣਾ ਹੀ ਆ ਉਹਨੇ ਪੈਸੇ, ਉੱਥੇ ਨਾਲੋਂ ਬਹੁਤ ਸੋਹਣੀ ਜ਼ਿੰਦਗੀ ਇੱਥੇ ਉਹ ਜਿਉਂ ਲਊਗਾ ਪੰਜਾਬ 'ਚ। ਜੇ ਪਰ ਬਾਈ ਫਿਰ ਵੀ ਕੋਈ ਕਹਿੰਦਾ ਨਹੀਂ ਯਾਰ ਮੇਰਾ ਤਾਂ ਕਰ ਹੀ ਦੇ, ਫਿਰ ਬਾਈ ਸਾਡਾ ਤਾਂ ਕਿੱਤਾ, ਅਸੀਂ ਤਾਂ ਕਰਨਾ ਹੀ ਆ। ਸਹੀ ਹੈ ਗੱਲ, ਕਿੰਨੀ ਓਨੈਸਟ ਗੱਲ ਕੀਤੀ ਲੋਕੀ। ਤੇ ਠੀਕ ਹੈ ਬਾਈ, ਆ ਜਾ ਫਿਰ, ਇਸ ਤਰ੍ਹਾਂ ਫਿਰ ਅਸੀਂ ਕਰਨਾ ਹੀ ਆ, ਸਾਡਾ ਤਾਂ ਕੰਮ ਹੈ, ਆ ਜਾ ਲਵਾ ਦਿੰਨੇ ਆ ਵੀਜ਼ਾ ਤੇਰਾ। ਪਰ ਤੁਸੀਂ ਦੇਖੋ, ਮੈਂ ਕਹਾਂ ਦੇਖੋ ਤੁਹਾਡਾ ਤਾਂ ਮੈਨੂੰ ਲੱਗਦਾ ਜੀ ਤੁਹਾਡੇ ਪੇਜ ਦੀ ਰੀਚ ਵੀ ਬਹੁਤ ਵਧੀਆ, ਮੈਂ ਕੈਮਰੇ ਤੇ ਜਮਾ ਸਾਹਮਣੇ ਕਹਿਤੀ ਇਹ ਗੱਲ ਵੀ ਪਲੱਸ 2 ਵਾਲੇ ਨਾ ਕਰਾਓ, ਨਾ ਜਾਓ UK, ਨਾ ਜਾਓ, ਬੇਨਤੀ ਆ। ਪਰ ਜੇ ਤੁਸੀਂ ਫਿਰ ਵੀ ਜਾਣਾ ਹੀ ਆ ਪਰ ਕਿਸੇ ਹੋਰ ਤੋਂ ਕਰਾਓਗੇ ਫਿਰ ਮੈਥੋਂ ਹੀ ਕਰਾ ਲਓ, ਫਿਰ ਮਾਨਸੇ ਆ ਜਾਓ, ਮਾਨਸੇ ਵਾਲੇ ਦਫ਼ਤਰ 'ਚ ਸੋਨੀ ਬੈਠਾ ਮਿਲੂਗਾ ਵੀਰ ਸਾਡਾ, ਫਿਰ ਉਹਦੇ ਤੋਂ ਠੀਕ ਹੈ, ਫਿਰ ਕਿਸੇ ਹੋਰ ਨੂੰ ਵਟਾਉਣੇ ਆ, ਫਿਰ ਅਸੀਂ ਪੰਜਾਬੀ ਨੂੰ ਵਟਾਵੇ। ਹਾਂ, ਪਰ ਮੈਂ ਕਹਿੰਦਾ ਵੀ ਤੁਸੀਂ ਨਾ ਕਰੋ UK। ਹਾਂ, ਜੇ ਤੁਹਾਡੀ ਇੱਥੇ ਗ੍ਰੈਜੂਏਸ਼ਨ ਕੀਤੀ ਆ ਫਿਰ ਤੁਸੀਂ UK ਕਰ ਲਓ, ਕਿਉਂਕਿ ਉਦੋਂ ਬਾਅਦ ਤੁਹਾਨੂੰ 1 ਸਾਲ ਦੀ ਪੜ੍ਹਾਈ ਮਿਲਣੀ, ਉਦੋਂ ਬਾਅਦ ਵਰਕ ਪਰਮਿਟ ਮਿਲ, ਉਹ ਸਹੀ ਆ। ਪਲੱਸ 2 ਵਾਲਾ ਬੱਚਾ ਕਰੇ ਵੀ UK ਨਾ ਜਾਓ। ਆਖਰੀ ਸਵਾਲ ਹੈ, ਕੋਈ ਕੈਨੇਡਾ ਦੀ ਗੱਲ ਸੁਣਾਓ, ਉੱਥੇ ਜਾ ਕੇ ਆਏ ਹੋ, ਹੋਰ ਕਿਤੇ ਨਹੀਂ ਗਏ ਬ੍ਰੈਂਪਟਨ ਤੋਂ ਇਲਾਵਾ? ਬਸ ਬ੍ਰੈਂਪਟਨ, ਮਿਸੀਸਾਗਾ, ਟੋਰਾਂਟੋ, ਹਾਂ ਸਾਰੇ ਇੱਥੇ ਹੀ ਗਏ ਆ। ਬਸ ਮੇਨ ਗੱਲ ਤਾਂ ਤੁਸੀਂ ਮੈਨੂੰ ਕਈ ਹੁਣ ਇਹ ਲੁਕੋ ਨਾ ਗੱਲ ਖੁੱਲ੍ਹ ਕੇ ਦੱਸੋ, ਤੁਸੀਂ ਮੈਨੂੰ ਕਿਹਾ ਜਿਹੜਾ ਬਰਨਾਲੇ ਬਣਿਆ ਈਟਨ ਪਲਾਜ਼ਾ, ਉਹ ਜਿਹਾ ਕੈਨੇਡਾ 'ਚ ਵੀ ਹੈ ਨੀਗਾ? ਮੈਨੂੰ ਤਾਂ ਦੇਖੋ ਕੁਛ ਨਹੀਂ ਮਿਲਿਆ ਉਵੇਂ ਦਾ। ਮੈਂ ਕਹਾਂ ਇਹ ਇੱਥੇ ਮੋਹਾਲੀ ਜਾਂਦੇ ਆਪਾਂ 3v2, ਮੈਨੂੰ ਬੜਾ ਜ਼ਿਆਦਾ ਉੱਥੇ ਜਾ ਕੇ ਸਕੂਨ ਜਿਹਾ ਆਉਂਦਾ, ਮਤਲਬ ਮੈਂ ਜਿਹੜਾ ਸਟਰੀਟ ਫੂਡ ਆ ਨਾ ਬਹੁਤ ਜ਼ਿਆਦਾ ਖਾਂਦਾ ਜੀ। ਹਾਂ ਬਾਈ, ਉੱਥੇ ਕੁਛ ਵੀ ਨਹੀਂ ਮਿਲਦਾ ਉਵੇਂ ਦਾ, ਟਿੱਕੀ ਭੱਲੇ ਮਿਲਦਾ, ਸਾਰਾ ਕੁਛ ਮਿਲਦਾ ਪਰ ਉਹ ਸਵਾਦ ਨਹੀਂ, ਉਹ ਟੇਸਟ ਹੈ ਨਹੀਂ ਗਾ। ਕੁਲਚੇ ਛੋਲੇ ਕਿਤੇ ਕਿਤੇ ਲੱਭਣ ਲੱਗ ਗਏ, ਕੁਛ ਨਹੀਂ ਗਾ ਉੱਥੇ। ਜਿੱਥੇ ਮੈਂ ਰਿਹਾ ਨਾ ਜੀ, ਚਲੋ ਮੈਂ ਮੁੰਡਾ ਇੱਥੋਂ ਹੀ ਭੇਜਿਆ ਸੀ, ਆਪਣਾ ਬਹੁਤ ਵਧੀਆ ਮਿੱਤਰ ਸੀਗਾ, ਵੀਜ਼ਾ ਕਰਾਇਆ ਸੀ, ਉਹ ਘਰ 'ਚ ਰਹਿੰਦੇ ਸੀ, ਉੱਥੇ ਫਰੈਂਡ ਸੀ, ਉਹਦੇ ਮਾਤਾ ਜੀ ਆਏ ਸੀ, ਉਹਦੇ ਸਿਸਟਰ ਆਏ ਸੀ। ਬਾਈ ਮੈਂ ਕਹਿੰਦਾ ਮੈਨੂੰ ਉਹਨਾਂ ਨੇ ਬਚਾ ਲਿਆ, ਉੱਥੇ ਰੋਟੀ ਮਿਲ ਗਈ, ਰੋਟੀ ਮਿਲ ਗਈ। ਜੇ ਉਹ ਨਾ ਹੁੰਦੇ ਹੈ ਨਾ ਤਾਂ ਬਾਹਰੋਂ ਖਾਣੀ ਪੈਂਦੀ। ਮੈਂ ਕਹਿੰਦਾ ਮੈਂ 26 ਦਿਨ ਲਾਇਆ, ਮੈਂ ਉਦੋਂ ਪਹਿਲਾਂ ਹੀ ਆਉਣਾ ਸੀ। ਤੁਹਾਨੂੰ ਹੁਣ ਪਤਾ ਲੱਗਿਆ ਮੁੰਡੇ ਇੰਨੇ ਭੇਜਤੇ ਸੈਂਕੜੇ? ਮੈਂ ਉਹ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਦੋਂ ਜਾਣਾ ਹੀ ਆ ਤਾਂ ਅਸੀਂ ਭੇਜਣ ਨੂੰ ਬੈਠੇ ਹਾਂ। ਪਰ ਪੰਜਾਬ ਵਰਗੀ ਬਾਈ ਕੋਈ ਵੀ ਧਰਤੀ ਹੈ ਨਹੀਂ ਗੀ, ਪੰਜਾਬ ਦਾ ਤਾਂ ਕਿਸੇ, ਮੈਂ ਕਹਿੰਦਾ ਕੰਟਰੀ ਕਿਸੇ ਚੀਜ਼ ਨਾਲ ਕੰਪੈਰੀਜ਼ਨ ਹੀ ਹੈ ਨਹੀਂ। ਪੰਜਾਬ ਨੂੰ ਤਾਂ ਮੈਂ ਕਹਿੰਦਾ ਤੁਸੀਂ ਖੜਾ ਹੀ ਨਾ ਕਰੋ ਕੰਪੈਰੀਜ਼ਨ। ਜਿਵੇਂ ਅੱਗੇ ਆਪਾਂ ਇਹ ਗੱਲ ਕਰਦੇ ਰਹੇ ਹਾਂ ਵੀ ਪੰਜਾਬ
ਆਪਣੀਆਂ ਦੇਸੀ ਚੀਜ਼ਾਂ ਆਪਾਂ ਬਹੁਤ ਪ੍ਰਮੋਟ ਕੀਤੀਆਂ ਹੈ ਨਾ, ਉਹੋ ਜਿਹੀ ਰੀਸ ਵੀ ਹੈ ਨਹੀਂ ਸਾਡੇ ਸਾਡੇ ਪਿੰਡਾਂ ਵਰਗੀ ਰੀਸ ਹੈ ਨਹੀਂ। ਪਰ ਹੁਣ ਜਿਵੇਂ ਮੈਂ ਈਟਨ ਪਲਾਜ਼ੇ ਦੀ ਗੱਲ ਕੀਤੀ, ਅਸੀਂ ਮਾਡਰਨ ਵੀ ਓਨੇ ਹੀ ਹੋਈ ਜਾਂਦੇ ਹਾਂ ਜਿੰਨੀ ਬਾਹਰਲੇ ਮੁਲਕ ਹੈ। ਆ ਬ੍ਰਾਂਡ ਬਰੂਂਡ ਜੇ ਤਾਂ ਰੋਲ ਕੇ ਰੱਖਤੇ ਆਪਾਂ ਪੰਜਾਬੀਆਂ ਨੇ, ਮੈਂ ਉਹੀ ਕਹਿਣਾ ਵੀਰੇ ਦੇਖੋ ਜੇ ਤਾਂ ਤੁਹਾਡੇ ਕੋਲ ਇੱਥੇ ਕਿੱਲਾ ਵਾਂਦਾ ਤੁਸੀਂ ਵੇਚ ਕੇ ਵਾਗੇ, ਮੈਂ ਕਹਿੰਦਾ ਤੁਸੀਂ ਇੱਥੇ 10 ਬਣਾਓਗੇ, ਪੈਸਾ ਹੈਗਾ ਇਹੋ ਜਿਹੀ ਕੋਈ ਗੱਲ ਨਹੀਂ ਵੀ ਪੈਸਾ ਹੈ ਨਹੀਂਗਾ। ਇੱਕ ਚੰਗੇ ਰੱਜੇ ਪੁੱਜੇ ਘਰਾਂ ਦੇ ਜਵਾਕ ਜਾਈ ਜਾਂਦੇ ਆ, ਉਹ ਬੜੀ ਗਲਤ ਗੱਲ ਆ। ਉਹ ਇਕੱਲੀ ਉੱਥੋਂ ਦੀ ਕੀ ਕਹਿੰਦੇ ਆ, ਉਹ ਸੋਸ਼ਲ ਮੀਡੀਆ 'ਤੇ ਦੇਖ ਲਈ ਜੀ, ਮਸਟੈਂਗ ਦੇਖ ਲਈ, ਡੋਜ ਦੇਖ ਲਈ, ਉਹਨਾਂ ਚੀਜ਼ਾਂ ਨੂੰ ਹੀ ਦੇਖ ਦੇਖ ਜਾਈ ਜਾਂਦੇ ਆ। ਉਹ ਨਾ ਜਾਓ ਕਦੇ ਵੀ, ਉਹ ਨਾ ਪੰਜਾਬ ਛੱਡੋ, ਜਿਹੜੀ ਉਹ ਵਾਲੀ ਲਾਈਫ ਆ ਉਹ ਇੱਥੇ ਹੀ ਆ ਰਹੀ ਆ, ਇਦੋਂ ਵੱਧ ਉੱਥੇ ਕੁਛ ਨਹੀਂ ਹੈਗਾ। ਡੋਜ ਦੀ ਤਾਂ ਆਵਾਜ਼ ਹੀ ਬਾਹਲੀ ਹੈ, ਜੋ ਵੀ ਅੱਧਾ ਹੀ ਗੇੜਾ ਨਿਕਲਦਾ, ਬਾਹਰ ਤਾਂ ਜੀ ਨਹੀਂ ਕਰਦਾ ਭਾਜੀ। ਮੈਂ ਇੱਕ ਚੀਜ਼ ਦੱਸਦਾ, ਆਪਣੀ ਅਮਰੂਤੀ ਠੀਕ ਹੈ ਉਹਦੇ ਨਾਲ, ਮੈਂ ਤੁਹਾਨੂੰ ਕਹਾਂ ਜੇ ਤੁਸੀਂ ਕਹੋਗੇ ਵੀ ਉੱਥੇ ਰੂਬੀ ਕੌਣ ਆ ਗਈ, ਰੂਬੀ ਕੌਣ ਤਾਂ ਉੱਥੇ ਅਲਟੋ ਵਾਂਗੂ ਫਿਰਦੀ ਆ, ਸਹੀ ਗੱਲ, ਉੱਥੇ ਕੋਈ ਸਟੇਟਸ ਹੈ ਨਹੀਂ ਕਿਸੇ ਵੀ ਕਾਰ ਦਾ, ਜਿਨ੍ਹਾਂ ਦਾ ਸਟੇਟਸ ਆ ਉਹ ਤੁਸੀਂ ਨਹੀਂ, ਦੂਜੇ ਤੀਜੇ ਦਿਨ ਗੱਲ ਹੋ ਜਾਂਦੀ, ਨਿਬੜ ਜਾਂਦਾ ਉਹ ਕੰਮ, ਉਹ ਤਾਂ ਨਿਬੜਿਆ ਹੋਇਆ। ਮੈਂ ਇੱਕ ਦੋ ਵਾਰੀ ਗਿਆ ਨਾ ਬਾਹਰਲੇ ਮੁਲਕਾਂ 'ਚ, ਜਾਈਦਾ ਹੁਣ ਉਹ ਰੋਲਸ ਰੋਇਸਾਂ 'ਚ ਵੀ ਬਹਿ ਕੇ ਦੇਖ ਲਿਆ, ਉਹ ਸ਼ਾਮ ਨੂੰ ਐਂ ਲੱਗਦਾ ਹੁੰਦਾ ਵੀ ਯਾਰ ਇਹ ਕਰਨਾ ਤਾਂ ਟਰੈਵਲ ਹੀ ਹੈ, ਠੀਕ ਹੈ ਠੀਕ ਆ, ਔਰ ਹੈ ਤਾਂ ਅਗਲੇ ਦੀ, ਅਸੀਂ ਫੋਟੋਆਂ ਕਿਉਂ ਖਿਚਾਉਂਦੇ ਫਿਰਦੇ ਉਹਦੇ ਨਾਲ। ਮੈਂ ਉਹੀ ਗੱਲ ਕਹਿਣਾ ਵੀ ਜੇ ਤਾਂ ਤੁਸੀਂ ਉਹ ਲਾਈਫ ਸਟਾਈਲ ਨੂੰ ਦੇਖ ਕੇ ਜਾ ਰਹੇ ਆ ਤਾਂ ਤੁਸੀਂ ਕਦੇ ਵੀ ਨਾ ਜਾਓ, ਪੰਜਾਬ ਵਰਗੀ ਕੋਈ ਵੀ ਧਰਤੀ ਹੈ ਨਹੀਂ। ਪਰ ਜੇ ਤੁਹਾਡੇ ਇੱਥੇ ਕੁਛ ਹੈ ਨਹੀਂ, ਕਿੱਲਾ ਦੋ ਕਿੱਲੇ ਬਾਂਧਦੇ ਆ ਹਨਾ, ਤਾਂ ਤੁਸੀਂ ਜਾਣ ਜੋਗੇ ਹੈਗੇ ਤਾਂ ਤੁਸੀਂ ਜਾਓ, ਤਾਂ ਦੋਵਾਂ ਤੋਂ ਤੁਸੀਂ 10 ਬਣਾ ਲਓਗੇ, ਉਹ ਕੋਈ ਵੱਡੀ ਗੱਲ। ਕੱਲ ਪਰਮੇਸ਼ ਵਰਮੇ ਦਾ ਇੱਕ ਉਹ ਦੇਖੀ ਜਾਂਦਾ ਸੀ ਪੋਡਕਾਸਟ, ਹਾਂਜੀ ਬਾਈ, ਉਹ ਕਹਿੰਦਾ ਜਿਹਨੂੰ ਵਹਿਮ ਜਿਹਾ ਨਾ ਮੇਰੇ ਕੋਲੇ ਬਹੁਤ ਪੈਸਾ ਹੈ ਜਾਂ ਮੈਂ ਬਹੁਤ ਰਿਚ ਹੋ ਗਿਆ, ਇੱਕ ਵਾਰੀ ਦੁਬਈ ਦਾ ਗੇੜਾ ਕੱਢਿਆ ਵੇ, ਕਹਿੰਦੇ ਸੁਣਿਆ ਤੁਸੀਂ ਉਹ? ਸੁਣਿਆ ਉਹ, ਮੈਂ ਗਵਾਹ ਹੀ ਦੇਖਿਆ। ਮੈਂ ਹੁਣ ਕੱਲ ਪਰਸੋਂ ਨਾ ਦੁਬਈ ਜਾਣਾ ਸੀ ਅਸੀਂ, ਤੇ ਮੈਂ ਕਿਹਾ ਉਹ ਜਦੋਂ ਮੈਂ ਦੇਖਿਆ ਉੱਥੇ ਸੋਨੇ ਦੀਆਂ ਹੀ ਰੋਲਸ ਰੋਇਸਾਂ ਲਈ ਫਿਰਦੇ ਆ, ਵੀ ਇਦੂ ਉੱਤੇ ਹੋਰ ਕੀ ਹੋਊਗਾ ਨਾ, ਤੇ ਅਖੀਰ ਐਡ ਦਾ ਐਂਡ ਕੀ ਹਨਾ। ਤੇ ਇਸ ਕਰਕੇ ਜਿੱਥੇ ਬੈਠੇ ਹੋ ਆਪਦਾ ਸੋਹਣਾ ਖਾਂਦੇ ਹੋ, ਉਹ ਰੀਲਾਂ ਦੇਖ ਦੇਖ ਕੇ ਕਮਲ ਨਾ ਮਾਰੋ। ਇੱਕ ਗੱਲ ਕਹੀ ਆ, ਅਖੀਰ ਐਡ ਦਾ ਐਂਡ ਕੀ, ਮੇਰਾ ਇੱਥੇ ਇੱਕੋ ਹੀ ਜਵਾਬ ਆ, ਐਟ ਦਾ ਐਂਡ ਪੰਜਾਬ ਆ ਬਾਈ। ਇਦੋਂ ਉੱਤੇ ਕੁਛ ਨੀ ਗਾ, ਬਾਲੀ ਖੂਬਸੂਰਤ ਗੱਲ ਹੈ, ਬਹੁਤ ਸੋਹਣੀ ਗੱਲ ਹੈ, ਇਦੋਂ ਉੱਤੇ ਪੰਜਾਬ ਹੀ ਆ, ਪੰਜਾਬ ਹੀ ਕੱਟ ਲਿਓ ਆ ਗੱਲ ਦੀ ਰੀਲ, ਕੱਟ ਕੇ ਪਾਵਾਂਗੇ ਆਪਾਂ, ਐਟ ਦਾ ਐਂਡ ਪੰਜਾਬ ਹੀ ਹੈ, ਪੰਜਾਬ ਹੀ ਆ। ਤੁਸੀਂ ਜਿੱਥੇ ਮਰਜ਼ੀ ਜਾਇਓ ਦੁਨੀਆ ਦੇ, ਉਹ ਬਾਈ ਦਾ ਗਾਣਾ ਸੀ ਕਹਿੰਦਾ ਘੁੰਮ ਕੇ ਮੈਂ ਦੇਖ ਆਇਆ ਦੁਨੀਆ ਉਹ ਸਾਰੀ, ਲੱਭਣੀ ਨੀ ਮੌਜ ਪੰਜਾਬ ਵਰਗੀ। ਮੈਂ ਕਹਿੰਦਾ ਬਾਈ ਨਹੀਂ ਲੱਭ ਸਕਦੀ, ਤੁਸੀਂ ਜਿੱਥੇ ਮਰਜ਼ੀ ਜਾਇਓ, ਇੱਥੇ ਇੱਕ ਕਮਾਉਂਦਾ ਯਾਰ ਸਾਰਾ ਟੱਬਰ ਖਾਈ ਜਾਂਦਾ ਆਪਣਾ, ਸਹੀ ਗੱਲ, ਉੱਥੇ ਸਾਰੇ ਕਮਾਉਂਦੇ ਆ ਫਿਰ ਵੀ ਕਿਸ਼ਤਾਂ ਪੂਰੀਆਂ ਨਹੀਂ ਹੁੰਦੀਆਂ, ਨਹੀਂ ਹੁੰਦੀਆਂ। ਜਿਹਨੇ ਘਰਾਂ ਦੇ ਪੰਗੇ ਲਏ ਆ, ਪੁੱਛ ਕੇ ਦੇਖੋ ਉਹਨਾਂ ਦੇ ਹਾਲ ਕੀ ਆ, ਬੜਾ ਔਖਾ ਕੰਮ ਉਹ ਤਾਂ। ਤੁਸੀਂ ਜਾਓ ਜੀ ਸਦਕੇ ਜਾਓ, ਪਰ ਮੈਂ ਕਹਿੰਦਾ ਕਮਾ ਕੇ ਇੱਥੇ ਲੈ ਕੇ ਆਓ, ਇੱਥੇ ਇਨਵੈਸਟ ਕਰੋ। ਪੰਜਾਬ ਵੀ ਪੂਰਾ ਫੁੱਲ ਡਿਵੈਲਪ ਹੋ ਰਿਹਾ ਜੀ, ਬਹੁਤ ਜ਼ਿਆਦਾ, ਜਿਹਨੇ ਇੱਥੇ ਇਨਵੈਸਟ ਕੀਤਾ ਚੰਗੇ ਪੈਸੇ ਕਮਾ ਰਿਹਾ ਉਹ ਵੀ, ਵਧੀਆ ਵਧੀਆ ਕਮਾ ਰਿਹਾ। ਮੈਂ ਤਾਂ ਇੱਕੋ ਹੀ ਚੀਜ਼ ਕਹੂੰ ਜੀ ਵੀ ਪੰਜਾਬ ਵਰਗਾ ਕੁਛ ਨਹੀਂ ਹੈਗਾ, ਚਾਹੇ ਸਾਡਾ ਕਿੱਤਾ ਗਾ ਉੱਥੋਂ ਅਸੀਂ ਰੋਟੀ ਖਾਣੀ ਆ, ਮਾਨਸੇ ਵਰਗਾ ਤਾਂ ਜਮੀ ਕੁਛ ਨਹੀਂ ਗਾ ਬਈ। ਬਹੁਤ ਵੱਡੀਆਂ ਹਸਤੀਆਂ ਪੈਦਾ ਕੀਤੀਆਂ ਸਾਡੇ, ਕਮਾਲ ਹੋ ਗਈ ਹਨਾ। ਸਿੱਧੂ ਨੇ ਜੋ ਦੇਖੋ ਮਾਨਸੇ ਨੂੰ ਪੂਰੀ ਦੁਨੀਆ ਚ ਲੈ ਗਿਆ, ਤੁਹਾਨੂੰ ਮਾਨਸੇ ਵਾਲਿਆਂ ਨੂੰ ਤੁਸੀਂ ਉਹਦਾ ਦੇਣਾ ਨਹੀਂ ਦੇ ਸਕਦੇ, ਇੱਕ ਸ਼ਹੀਦ ਊਧਮ ਸਿੰਘ ਦਾ ਸੁਨਾਮ ਵਾਲੇ ਨਹੀਂ ਦੇਣਾ ਦੇ ਸਕਦੇ। ਮੈਂ ਕਹਿੰਦਾ ਮਾਨਸਾ ਸੁਨਾਮ ਛੱਡੋ ਜੀ, ਇਹਨਾਂ ਦਾ ਦੇਣਾ ਪੰਜਾਬ ਹੀ ਨਹੀਂ ਦੇ ਸਕਦਾ। ਕਿੱਥੇ ਤੱਕ ਲੈ ਗਏ ਇਹ ਆਪਣੀ ਪੱਗ, ਕਿੱਥੇ ਤੱਕ ਲੈ ਗਏ ਸਿੱਧੂ ਬਾਈ ਪੱਗ ਨੂੰ, ਕਿੱਥੇ ਤੱਕ ਲੈ ਗਿਆ ਬਾਈ, ਕੋਈ ਛੋਟੀ ਗੱਲ ਨਹੀਂ ਹੈਗੀ, ਉਹ ਬਹੁਤ ਵੱਡੀ ਗੱਲ ਹੈ, ਬਹੁਤ ਜ਼ਿਆਦਾ ਫਖਰ ਵਾਲੀ। ਪਰ ਮੈਨੂੰ ਇਹ ਲੱਗਦਾ ਜਿਵੇਂ ਮੈਂ ਸ਼ਹੀਦ ਊਧਮ ਸਿੰਘ ਦਾ ਨਾਮ ਲਿਆ, ਉਸ ਵੱਡੇ ਪੱਧਰ ਤੇ ਅਜੇ ਵੀ ਅਸੀਂ ਉਹਨਾਂ ਸ਼ਹੀਦਾਂ ਨੂੰ ਸੈਲੀਬ੍ਰੇਟ ਨਹੀਂ ਕਰਦੇ। ਸ਼ਹੀਦ ਊਧਮ ਸਿੰਘ ਬਹੁਤ ਵੱਡੀ ਹਸਤੀ ਹੈ ਯਾਰ ਸਾਡੀ, ਹਨਾ। ਉਵੇਂ ਸੁਨਾਮ ਦੇ ਲੋਕਾਂ ਨੂੰ ਤਾਂ ਨਮਨ ਹੋਣਾ, ਮੈਂ ਉਹਨਾਂ ਦੇ ਜਾ ਕੇ ਆਇਆ ਜਿੱਥੇ ਘਰ ਹੈ ਉਹਨਾਂ ਦਾ, ਉਹ ਗਲੀ, ਤੇ ਦੂਜਾ ਹੈ ਕਿ ਮੂਸੇ ਵਾਲਾ। ਔਰ ਮਾਨਸੇ ਦੇ ਲੋਕ ਬਹੁਤ ਪਿਆਰੇ ਲੋਕ ਹੈ, ਬੜੇ ਮਿੱਠੇ ਪਿਆਰੇ ਲੋਕ ਹੈ। ਪਤਾ ਨਹੀਂ ਕਿਉਂ ਇਲਾਕਾ ਇੰਨੇ ਚਿਰ ਇਕਨੋਮਿਕਲੀ ਪਿੱਛੇ ਰਿਹਾ, ਜਿਵੇਂ ਤੁਹਾਡੇ ਨੇੜੇ ਤੇੜੇ ਸਰਦੂਲਗੜ੍ਹ ਔਰ ਭਿੱਖੀ ਮਾਨਸਾ, ਪਰ ਬਈ ਅੱਜ ਅਸੀਂ ਪਿੱਛੇ ਹੈ ਨਹੀਂ, ਕਿਸੇ ਨਹੀਂ ਹੈਗੇ, ਨਹੀਂ ਹੈਗੇ।
ਅਸੀਂ ਕਿਸੇ ਵੀ ਫੀਲਡ 'ਚ ਨਹੀਂ ਗਏ, ਤੁਸੀਂ ਚਾਹੇ ਕੋਈ ਤੁਹਾਡੇ ਹੋਣਗੇ ਸਰਵੇ, ਮੈਨੂੰ ਲੱਗਦਾ ਪਿੰਡ ਮਾਨਸਾ ਕਿ ਕੋਈ ਵੀ ਏਰੀਆ ਜਿਹੜਾ ਉੱਧਰ ਦਾ ਕਿਸੇ ਵੀ ਪੱਖ ਤੋਂ ਪਿੱਛੇ ਨਹੀਂ, ਤੁਸੀਂ ਜੋ ਮਰਜ਼ੀ ਕੰਪੇਅਰ ਕਰੋ ਨਹੀਂ ਹੈਗੇ। ਚਲੋ ਬਹੁਤ ਸਾਨੂੰ ਆਪਦੇ ਏਰੀਏ 'ਤੇ ਬਾਈ ਬਹੁਤ ਜ਼ਿਆਦਾ ਮਾਣ ਆ ਸਾਨੂੰ, ਮੈਨੂੰ ਆਪਦੇ ਪਿੰਡ ਦੇ ਤਾਂ ਖਾਸ ਕਰਕੇ ਉੱਥੇ ਜੰਮੇ ਪਲੇ ਹੈ ਨਾ, ਤਾਂ ਕਰਕੇ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਮੈਨੂੰ। ਚੰਗਾ ਲੱਗਦਾ ਜਦੋਂ ਕੋਈ ਆਪਦੇ ਪਿੰਡ ਦੀ ਆਪਦੇ ਇਲਾਕੇ ਦੀ ਵਡਿਆਈ ਕਰ, ਮੈਂ ਅਕਸਰ ਹਰ ਗੱਲ 'ਚ ਜ਼ਰੂਰ ਕੋਸ਼ਿਸ਼ ਹੁੰਦੀ ਮੈਂ ਮਲੋਟ ਦਾ ਜ਼ਿਕਰ ਕਰਾਂ ਕਿਉਂਕਿ ਮੈਂ ਉੱਥੋਂ ਦਾ ਜੰਮ ਪਲਾਂ। ਪਰ ਪੰਜਾਬ ਸਾਡੇ ਬਾਈ ਤਿੰਨ ਖੀਵੇ ਆ, ਖੀਵਾ ਦੇ ਆਲੂ ਵਾਲਾ ਪਿੰਡ ਆ, ਹਾਂਜੀ ਠੀਕ ਆ, ਮਾਨਸਾ ਜ਼ਿਲ੍ਹੇ ਦਾ ਲਾਸਟ ਪਿੰਡ ਆ ਜਾਵਾਂ, ਬਹੁਤ ਛੋਟਾ ਪਿੰਡ ਆ, ਅਸੀਂ ਉੱਥੇ ਰਹਿ ਕੇ ਇੱਥੇ ਤੱਕ ਆ ਗਏ ਯਾਰ। ਇਹ ਨਹੀਂ ਚੀਜ਼ਾਂ ਹੁੰਦੀਆਂ ਗੀਆਂ ਵੀ ਹਾਂ ਆਪਾਂ ਨੂੰ ਕੋਈ, ਆਪਾਂ ਜੇ ਉਹ ਏਰੀਏ 'ਚ ਰਹਿ ਰਹੇ ਹਾਂ ਤਾਂ ਕੁਛ ਨਹੀਂ ਬਣ ਸਕਦਾ, ਜਾਂ ਜੇ ਇੱਥੇ ਨਹੀਂ ਬਣਿਆ ਤਾਂ ਕਨੇਡਾ ਬਣ ਜੂ ਜਾ ਕੇ, ਕਿਸੇ ਆਪਣੇ ਆਪਦੀ ਮਿਹਨਤ ਚਾਹੀਦੀ ਆ, ਤੁਸੀਂ ਮਿਹਨਤ ਕਰੋ ਜਿੱਥੇ ਮਰਜ਼ੀ ਪਹੁੰਚ ਸਕਦੇ ਹੋ ਬਾਈ, ਜਿੱਥੇ ਤੱਕ ਮੈਨੂੰ ਲੱਗਦਾ। ਬਹੁਤ ਖੂਬਸੂਰਤ ਗੱਲ, ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ, ਥੈਂਕ ਯੂ ਜੀ, ਪੋਡਕਾਸਟ ਕੀਤਾ, ਗੱਲਾਂ ਬਾਤਾਂ ਕੀਤੀਆਂ, ਜ਼ਰੂਰ ਦੁਬਾਰਾ ਮਿਲਦੇ ਰਹਾਂਗੇ ਔਰ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਇਮੀਗ੍ਰੇਸ਼ਨ ਦੇ ਸਹੀ ਗੱਲਾਂ ਔਰ ਉਹਨਾਂ ਦੀ ਅਵੇਅਰਨੈਸ ਬਾਰੇ ਆਪਾਂ ਚਰਚਾ ਕਰਦੇ ਰਹੀਏ। ਧੰਨਵਾਦ, ਥੈਂਕ ਯੂ।